ਇਕ ਓ ਅੰਕਾਰ ਸਤ ਗੁਰ ਪ੍ਰਸਾਦ ਆਸਾ ਮਹਲਾ 3 ਛੰਤ ਕਰ ਪਹਿਲਾ ਹਮ ਕਰੇ ਸਾਚਾ ਸੋਹਿਲਾ ਸਾਚ ਸਬਦ ਸੁਹਾਇ ਰਾਮ ਤਨ ਪਿਰ ਮੇਲ ਭਇਆ ਪ੍ਰਭ ਆਪ ਮਿਲਾਇ ਰਾਮ ਹਮ ਕਰੇ ਸਾਚ ਸੁਹਿਲਾ ਸਾਚ ਸਬਦ ਸੁਹਾਇ ਰਾਮ ਤਹਾਨ ਪਿਰ ਮੇਲ ਭਇਆ ਪ੍ਰਭ ਆਪ ਮਿਲਾਇਆ ਰਾਮ ਪ੍ਰਭ ਆਪ ਮਿਲਾਇਆ ਸਚ ਮਨ ਵਸਾਇਆ ਕਾਮਣ ਸਹਜੇ ਮਾਤੀ ਗੁਰ ਸਬਦ 시ਗਾਰੀ ਸਚ ਸਵਾਰੀ ਸਦਾ ਰਵੇ ਰੰਗ ਰਾਤੀ ਆਪ ਗਵਾਏ ਹਰ ਵਰ ਪਾਏ ਤਾ ਹਰ ਰਸ ਮਨ ਵਸਾਇਆ ਕਹੋ ਨਾਨਕ ਗੁਰ ਸਬਦ ਸਵਾਰੀ ਸਫਲੋ ਜਨਮ ਸਬਾਇਆ ਦੂਜੜਾ ਕਾਮਣ ਪਰਮ ਭੁੱਲੀ ਹਰ ਵਰ ਨਾ ਪਾਏ ਰਾਮ ਕਾਮਣ ਗੁਣ ਨਾਹੀ ਬਿਰਥਾ ਜਨਮ ਗਵਾਏ ਰਾਮ ਬਿਰਥਾ ਜਨਮ ਗਵਾਏ ਮਨ ਮੁਖ ਈਆਣੀ ਔਗਣਵੰਤੀ ਝੂਰੇ ਆਪਣਾ ਸਤਗੁਰ ਸੇਵ ਸਦਾ ਸੁਖ ਪਾਇਆ ਤਾਂ ਪਿਰ ਮਿਲਿਆ ਹਦੂਰੇ ਦੇਖ ਪਿਰ ਵਿਗਸੀ ਅੰਦਰੋਂ ਸਰਸ ਸਚ ਸਬਦ ਸੁਪਹਾਏ ਨਾਨਕ ਵਿਣ ਨਵ ਕਾਮਣ ਪਰਮ ਪੁਲਾਣੀ ਮੇਲ ਪ੍ਰੀਤਮ ਸੁਖ ਪਾਏ ਪਰ ਸੰਗ ਕਾਮਣ ਜਾਣਿਆ ਗੁਰ ਮੇਲ ਮਿਲਾਈ ਰਾਮ ਅੰਤਰ ਸ਼ਬਦ ਮਿਲੀ ਸਹਜੇ ਤਪਤ 부ਝਾਈ ਰਾਮ ਸ਼ਬਦ ਤਪਤ 부ਝਾਈ ਅੰਤਰ ਸ਼ਾਂਤ ਆਈ ਸਹਿਜ ਹਰ ਰਸ ਚਾਖਿਆ ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ ਸੱਚ ਸਬਦ ਸੁਪਾਖਿਆ ਪੜ ਪੜ ਪੰਡਿਤ ਮੋਨੀ ਥਾਕੇ ਭੇਖੇ ਮੁਕਤ ਨਾ ਪਾਈ ਨਾਨਕ ਬਿਨ ਭਗਤੀ ਜਗ ਬਹਰਾਨਾ ਸਚ ਸਬਦ ਮਿਲਾਈ 사ਤਨ ਮਨ ਅਨੰਦ ਭਇਆ ਹਰ ਜਿਉ ਮੇਲ ਪਿਆਰੇ RAM 사ਤਨ ਹਰ ਕੈ ਰਸ ਰਸੀ ਗੁਰ ਕੈ ਸਬਦ ਅਪਾਰੇ ਰਾਮ ਸਬਦ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨ ਵਸੇ ਸੇਜ ਸੁਹਾਵੀ ਜਾਪਿਰ রাਵੀ ਮਿਲ ਪ੍ਰੀਤਮ ਅਵਗਣ ਨਸੇ ਜਿਤ ਘਰ ਨਾਮ ਹਰ ਸਦਾ ਧਿਆਈਐ ਸੋਹਿ ਲੜਾ ਜੁਗ ਚਾਰੇ ਨਾਨਕ ਨਾਮ ਰਤੇ ਸਦਾ ਆਨੰਦ ਹੈ ਹਰ ਮਿਲਿਆ ਕਾਰਜ ਸਾਰੇ ਜਿਤ ਘਰ ਨਾਮ ਸਦਾ ਹਰ ਸਦਾ ਧਿਆਈਐ ਸੋਹ ਲੜਾ ਜੁਗ ਚਾਰੇ ਨਾਨਕ ਨਾਮ ਰਤੇ ਸਦਾ ਆਨੰਦ ਹੈ ਹਰ ਮਿਲਿਆ ਕਾਰਜ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਮ ਰਖਿਆਕ ਪਾਰਿਉਪਕਾਰ ਤਿਆਗ ਅਨੁਰਾਗ ਵੈਰਾਗ ਦੀ ਮੂਰਤ ਤੇਗਦੇ ਧਨੇ ਸਗਲ ਸ੍ਰਿਸ਼ਟੀ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 사ਤਗੁਰਾਂ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸ਼ਵਰ ਸ਼ਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਹਸਤੀ ਮੁਕੱਦਸ ਆਵਾਜ਼ ਸ਼ਬਦ ਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਰੇ ਤੋਂ ਸਜੇ ਹੋਏ ਸੁੰਦਰ ਸਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਪਰ ਰਹੇ ਗੁਰੂ ਪਿਆਰੀ ਗੁਰਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਉਤਮ ਭਾਗ ਹਨ ਜੋ ਆਪ ਜੀ ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਗੁਰ ਚਰਣਾ ਦੇ ਵਿੱਚ ਜੁੜ ਕਰਕੇ ਤੁਰ ਕੇ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਉਸ ਤੁਰਦੇ ਤੋਂ ਆਈ ਹੋਈ ਬਾਣੀ ਅਸਾ ਕੀ ਵਾਰ ਦੇ ਕੀਰਤਨ ਆਪ ਜੀਆਂ ਨੇ ਬਹੁਤ ਹੀ ਪ੍ਰੇਮ ਸਹਿਤ ਗੁਰੂ ਕੀ ਕੀਰਤਨੀਆਂ ਪਾਸੋਂ ਸਰਵਨ ਕੀਤੇ ਹਨ ਜਿਸ ਬਾਣੀ ਨੂੰ ਸਰਵਨ ਕਰਨ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਰੀਆਂ ਚਿੰਤਾਵਾਂ ਮਿਟ ਜਾਂਦੀਆਂ ਨੇ ਖਤਮ ਹੋ ਜਾਂਦੀਆਂ ਹਨ ਕਿਉਂਕਿ ਬਾਣੀ ਉਸ ਅਚਿੰਤ ਦੇਸ਼ ਤੋਂ ਆਈ ਹੈ ਜਿੱਥੇ ਕੋਈ ਚਿੰਤਾ ਨਹੀਂ ਤੇ ਜਿਹੜੇ ਜੀਵ ਬਾਣੀ ਪੜਦੇ ਨੇ ਬਾਣੀ ਸੁਣਦੇ ਨੇ ਬਾਣੀ ਨਾਲ ਜੁੜਦੇ ਹਨ ਤੇ ਉਹਨਾਂ ਦੀਆਂ ਵੀ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਕੋਈ ਚਿੰਤਾ ਨਹੀਂ ਰਹਿੰਦੀ ਸਰਬਾਸਾ ਪੂਰਨ ਕਰਨ ਵਾਲੀ ਆਸਾ ਕੀ ਵਾਰ ਦੇ ਕੀਰਤਨ ਗੁਰੂ ਕੇ ਰਾਗੀ ਸਿੰਘਾਂ ਨੇ ਆਪ ਜੀ ਨੂੰ ਸਰਵਨ ਕਰਵਾਏ ਉਪਰੰਤ ਅਮਰਤ ਵੇਲੇ ਆਏ ਹੋਏ ਪਾਵਨ ਮੁਖਵਾਕ ਦੀ ਵਿਚਾਰ ਲਈ ਆਪਾਂ ਸਾਰੇ ਜੁੜ ਬੈਠੇ ਹਾਂ ਅੱਜ ਦਾ ਜੋ ਪਾਵਨ ਮੁਖਵਾਕ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਇਸ ਪਾਵਨ ਸ਼ਬਦ ਦੇ ਅੰਦਰ ਨਮਾਨਿਆਂ ਦੇ ਮਾਨ ਨੇਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੇਵਾ ਦੇ ਪੁੰਜ ਤਨ ਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਸਾਨੂੰ ਸਮਝਾਉਣਾ ਕੀਤਾ ਸਤਗੁਰੂ ਜੀ ਦਾ ਦੀਵਾਨ ਸਜਿਆ ਸਿੱਖ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਪਰਸਰੀਆਂ ਨੇ ਗੁਰ ਉਪਦੇਸ਼ ਦਾ ਆਨੰਦ ਮਾਣ ਰਹੀਆਂ ਨੇ ਪਾਈ ਭਾਈ ਪਾਰੋ ਜੀ ਚਨਨੋਂ ਗੁਰੂ ਘਰ ਦੇ ਵਿੱਚ ਪਰਮਹੰਸ ਦੀ ਉਪਾਧੀ ਪ੍ਰਾਪਤ ਹੈ ਜਿਹੜੇ ਸੇਵਾ ਕਰਕੇ ਸਿਮਰਨ ਕਰਕੇ ਕਿਉਂਕਿ ਹਰ ਹਰ ਜਨ ਦੁਈ ਏਕ ਹੈ ਪਿਭ ਵਿਚਾਰ ਕਛ ਨਾਹੇ ਜਲ ਤੇ ਉਪਜਤ ਰੰਗ ਜਿਉ ਜਲ ਹੀ ਬਖੈ ਸਮਾਹੇ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਜਿਹੜਾ ਬਾਣੀ ਪੜਨ ਵਾਲਾ ਸਵਾਸ ਸਵਾਸ ਸਿਮਰਨ ਕਰਨ ਵਾਲਾ ਹੈ ਗੁਰੂ ਦੀ ਆਗਿਆ ਅਨੁਸਾਰ ਰਹਿਣ ਵਾਲਾ ਹੈ ਗੁਰੂ ਦੇ ਉਪਦੇਸ਼ ਦੀ ਕਮਾਈ ਕਰਨ ਵਾਲਾ ਉਹ ਗੁਰੂ ਦਾ ਹੀ ਰੂਪ ਬਣ ਜਾਂਦਾ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ ਇਸੇ ਤਰ੍ਹਾਂ ਭਾਈ ਪਾਰੋ ਜੀ ਜਿਨ੍ਹਾਂ ਨੇ ਸਿਮਰਨ ਕਰਕੇ ਕਾਲਣਾ ਕਾਲ ਕੇ ਕਮਾਈ ਕੀਤੀ ਗੁਰੂ ਉਪਦੇਸ਼ ਦੀ ਪਰਮ ਹੰਸ ਦੀ उपाधि ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਹੋਈ ਗੁਰੂ ਘਰ ਵਿੱਚੋਂ ਪ੍ਰਾਪਤ ਹੋਈ ਉਹ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਦੀਵਾਨ ਵਿੱਚ ਬੈਠੇ ਨੇ ਤੇ ਸਤਿਗੁਰ ਪਾਤਸ਼ਾਹ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ ਆ ਇੱਥੇ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਜਿਗਿਆਸੂ ਰੂਪ ਜੀਵ ਇਸਤਰੀ ਹੈ ਉਹਦਾ ਜੀਵਨ ਕਿਹਸਾ ਹੈ ਔਰ ਜਿਹੜੀ ਮਨਮੁਖ ਰੂਪ ਜੀਵ ਇਸਤਰੀ ਹੈ ਉਹਦਾ ਜੀਵਨ ਕਿਹਸਾ ਹੈ ਇਹ ਉਪਦੇਸ਼ ਦੇ ਕਰਕੇ ਸਮਝਾਉਣਾ ਕੀਤਾ ਆਓ ਸਤਿਗੁਰੂ ਪਾਤਸ਼ਾਹ ਜੀ ਅੱਜ ਦੇ ਸ਼ਬਦ ਰਾਹੀਂ ਜੋ ਬਖਸ਼ਿਸ਼ ਕਰ ਰਹੇ ਨੇ ਪਾਵਨ ਉਪਦੇਸ਼ ਬਖਸ਼ ਰਹੇ ਨੇ ਉਹਨੂੰ ਰਲ ਮਿਲ ਕੇ ਵਿਚਾਰਨ ਦਾ ਯਤਨ ਕਰੀਏ ਸੁਰਤੀਆਂ ਨੂੰ ਗੁਰ ਸ਼ਬਦ ਨਾਲ ਜੋੜਨ ਦੇ ਲਈ ਦਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਸਤ ਗੁਰ ਪ੍ਰਸਾਦ ਬੀਜ ਮੰਤਰ ਮੰਗਲਾ ਚਰਨ ਕਰਦੇ ਆਂ ਓ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਇੱਕ ਹੈ ਸਰਬ ਦਾ ਪ੍ਰਕਾਸ਼ਕ ਹੈ ਸਤ ਚੇਤਨ ਸਰੂਪ ਹੈ ਸਿਉ ਸਾਕਾਲੁ ਪੁਰਖ ਵਾਹਿ ਗੁਰ ਪਰਮੇਸ਼ਰ ਦੀ ਪ੍ਰਾਪਤੀ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਸਦਕਾ ਹੁੰਦੀ ਹੈ ਆਸਾ ਮਹੱਲਾ ਤੀਜਾ ਸ਼ੰਤ ਘਰ ਪਹਿਲਾ ਆਸਾ ਰਾਗ ਦੇ ਅੰਦਰ ਸ਼ੰਤ ਸਰਲੇਖ ਹੀਠ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਜੋ ਪਹਿਲੇ ਘਰਸੁਰਤਾਲ ਦੇ ਵਿੱਚ ਗਾਉਣ ਦੀ ਹਦਾਇਤ ਹੈ ਇਹ ਪਾਵਨ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 439 ਅੰਗ ਤੋਂ 440 ਅੰਗ ਤੇ ਸੁਭਾਏ ਮੰ ਹੈ ਹਮ ਕਰੇ ਸਾਚਾ ਸੋਹਿਲਾ ਸੱਚ ਸਬਦ ਸੁਹਾਇਆ RAM ਹਮ ਕਰੇ ਸਾਚਾ ਸੋਹਿਲਾ ਪ੍ਰਭੂ ਦੀ ਸਿਫਤ ਸਲਾਵ ਵਾਲਾ ਜਿਹੜਾ ਗੀਤ ਹੈ ਜਿਸ ਸ਼ਬਦ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਭੂ ਦੀ ਸਿਫਤ ਹੈ ਸਲਾਹ ਹੈ ਜਿਹੜੇ ਗੁਰਮਖ ਜਨ ਹਨ ਉਹਨਾਂ ਦੇ ਬਾਬਤ ਸਾਹਿਬ ਜੀ ਪਹਿਲਾਂ ਬਖਸ਼ਿਸ਼ ਕਰ ਰਹੇ ਨੇ ਜਗਿਆਸੂ ਰੂਪ ਜਿਹੜੇ ਨੇ ਉਹਨਾਂ ਦੇ ਹਿਰਦੇ ਰੂਪੇ ਘਰ ਦੇ ਵਿੱਚ ਪ੍ਰਭੂ ਦੀ ਸਿਫਤ ਸਲਾਹ ਵਾਲਾ ਸ਼ਬਦ ਰੂਪੀ ਜਿਹੜਾ ਗੀਤ ਹੈ ਸੋਲੇ ਉਹ ਸਦਾ ਵੱਜਦਾ ਰਹਿੰਦਾ ਹੈ ਉਹ ਸਦਾ ਉਸ ਗੀਤੋਂ ਗਾਉਂਦੇ ਹਨ ਉਹ ਸਦਾ ਉਹ ਸ਼ਬਦ ਸਬ ਦੇ ਸਿਫਤ ਸਲਾਹਸ ਪ੍ਰਭੂ ਦੀ ਪਰਮੇਸ਼ਰ ਦੇ ਵਿੱਚ ਜੁੜੇ ਰਹਿੰਦੇ ਹਨ ਸੱਚਾ ਸ਼ਬਦ ਸੁਹਾਇਆ ਗੁਰੂ ਕਿਰਪਾ ਕਰਕੇ ਜਿਹੜਾ ਉਹ ਪ੍ਰਭੂ ਦੀ ਸਿਫਤ ਸਲਾਹ ਵਾਲਾ ਸ਼ਬਦ ਹੈ ਉਹ ਸ਼ਬਦ ਦੇ ਦੁਆਰਾ ਜਗਿਆਸੂ ਰੂਪ ਜੀਵ ਇਸਤਰੀ ਦੇ ਹਿਰਦੇ ਰੂਪੀ ਘਰ ਨੂੰ ਸਵਾਰ ਦਿੰਦਾ ਹੈ ਹਿਰਦੇ ਰੂਪੀ ਘਰ ਨੂੰ ਸੋਨਾ ਬਣਾ ਦਿੰਦਾ ਹੈ ਗੁਰੂ ਸ਼ਬਦ ਦੇ ਦੁਆਰਾ ਜਿਹੜੇ ਗੁਰ ਸ਼ਬਦ ਨਾਲ ਜੁੜਦੇ ਨੇ ਜਿਨ੍ਹਾਂ ਦੇ ਅੰਦਰ ਇਹ ਜਗਿਆਸਾ ਹੈ ਪ੍ਰਭੂ ਨੂੰ ਮਿਲਣ ਦੀ ਉਨ੍ਹਾਂ ਦੇ ਹਿਰਦੇ ਰੂਪੇ ਘਰ ਦੇ ਵਿੱਚ ਪ੍ਰਭੂ ਦੀ ਸਿਵਤ ਸਲਾਹ ਵਾਲਾ ਜਿਹੜਾ ਸ਼ਬਦ ਹੈ ਉਹ ਸਦਾ ਵੱਜਦਾ ਰਹਿੰਦਾ ਹੈ ਸਦਾ ਗੂੰਜਦਾ ਰਹਿੰਦਾ ਹੈ ਸਦਾ ਸੁਰ ਤੋਂ ਉਹਦੇ ਸ਼ਬਦ ਨਾਲ ਜੁੜੀ ਰਹਿੰਦੀ ਹੈ ਤੇ ਗੁਰੂ ਕਿਰਪਾ ਕਰਕੇ ਉਹ ਪ੍ਰਭੂ ਦੀ ਸਿਵਤ ਸਲਾਹ ਵਾਲੇ ਸ਼ਬਦ ਦੁਆਰਾ ਉਹਨਾਂ ਦੇ ਹਿਰਦੇ ਰੂਪੇ ਘਰ ਨੂੰ ਸਵਾਰ ਦਿੰਦਾ ਹੈ ਸੋਨਾ ਬਣਾ ਦਿੰਦਾ ਹੈ ਤਨ ਪਿਰ ਮੇਲ ਪਿਆ ਪ੍ਰਭ ਆਪ ਮਿਲਾਇਆ RAM ਤਨ ਧਦੇ ਤੇ ਟਿੱਪੀ ਨੰਨਾ ਧੰਨ ਉਹ ਜਦੋਂ ਵਢਿਆਈ ਉਸਤਤ ਕਰਨੀ ਹੈ ਧੰਨ ਸ਼ਬਦ ਇੱਕ ਧਨ ਆਉਂਦਾ ਜਿਹੜੀ ਮਾਇਆ ਦੇ ਬਾਬਤ ਸ਼ਬਦ ਵਰਤੇ ਹੈ ਇੱਕ ਧਨ ਸ਼ਬਦ ਆਉਂਦਾ ਹੈ ਇਸਤਰੀ ਦੇ ਪ੍ਰਤੀ ਇੱਥੇ ਜਿਹੜਾ ਧਨ ਸ਼ਬਦ ਆਇਆ ਹੈ ਇਹ ਇਸਤਰੀ ਦੇ ਪ੍ਰਥਾਏ ਵਰਤੇ ਹੈ ਜਗਿਆਸੂ ਰੂਪ ਇਸਤਰੀ ਪਿਰ ਪਰਤੋ ਭਾਵ ਹੈ ਪਤੀ ਮੇਲ ਭਿਆ ਜਿਸਤੇ ਗੁਰੂ ਨੇ ਕਿਰਪਾ ਕਰ ਦਿੱਤੀ ਗੁਰੂ ਦੇ ਸ਼ਬਦ ਦੁਆਰਾ ਉਹ ਸਿਫਤ ਸਲਾਹ ਵਾਲਾ ਜਿਹੜਾ ਸ਼ਬਦ ਸੀ ਪ੍ਰਭੂ ਦਾ ਉਸ ਸ਼ਬਦ ਦੁਆਰਾ ਜਦੋਂ ਹਿਰਦੇ ਰੂਪੀ ਘਰ ਨੂੰ ਸੋਨਾ ਬਣਾ ਦਿੱਤਾ ਜਦੋਂ ਸੇਜਾ ਜਿਹੜੀ ਸੀ ਹਿਰਦੇ ਰੂਪੀ ਘਰ ਦੀ ਸਵਾਰ ਦਿੱਤੀ ਸੁਰਤ ਜਿਹੜੀ ਸੀ ਸਬਰ ਗਈ ਤੇ ਜਦੋਂ ਸੁਰਤ ਸਬਰ ਗਈ ਤੇ ਫਿਰ ਧਨ ਪਿਰ ਮੇਲ ਭਿਆ ਜਿਹੜੇ ਜਗਿਆਸੂ ਰੂਪੀ ਔਰਤ ਆਪਣੇ ਪਤੀ ਨੂੰ ਪਿਰ ਨੂੰ ਮਿਲਣਾ ਚਾਹੁੰਦੀ ਸੀ ਉਹ ਪਿਰ ਦੇ ਨਾਲ ਆਪਣੇ ਪਤੀ ਦੇ ਨਾਲ ਉਹਦਾ ਮੇਲ ਹੋ ਗਿਆ ਮਿਲਾਪ ਹੋ ਗਿਆ ਪ੍ਰਭ ਆਪ ਮਿਲਾਇਆ ਰਾਮ ਜਦੋਂ ਉਸਿਵਤ SLAਵ ਵਾਲਾ ਗੀਤ ਅੰਦਰ ਵਜਣ ਲੱਗਾ ਉਸਿਵਤ SLAਵ ਦੇ ਵਿੱਚ ਜੁੜਨਾ ਕੀਤਾ ਸੁਰਤ ਉਸ ਪ੍ਰਭੂ ਦੇ ਉਸਿਵਤ SLAਵ ਵਿੱਚ ਜੁੜ ਗਈ ਹਿਰਦਾ ਰੂਪੀ ਕਰ ਸਵਰ ਗਿਆ ਤੇ ਫਿਰ ਪ੍ਰਭੂ ਨੇ ਕਿਰਪਾ ਕੀਤੀ ਆਪੇ ਮਿਲਾ ਲਿਆ ਆਪਣੇ ਨਾਲ ਉਸ ਪ੍ਰਭੂ ਨੇ ਰਹਿਮਤ ਕਰਕੇ ਜਿਹੜੀ ਜਗਿਆਸੂ ਰੂਪ ਇਸਤਰੀ ਸੀ ਪ੍ਰਭੂ ਦੇ ਮਿਲਾਪ ਵਿੱਚ ਉਹਦੇ ਸ਼ਿਵਤ ਸਲਾਹ ਦੇ ਗੀਤ ਗਾਉਂਦੀ ਸੀ ਪ੍ਰਭੂ ਨੇ ਕਿਰਪਾ ਕਰਕੇ ਉਹਨੂੰ ਆਪਣੇ ਨਾਲ ਮਿਲਾ ਲਿਆ ਪ੍ਰਭ ਆਪ ਮਿਲਾਇਆ ਸੱਚ ਮਨ ਵਸਾਇਆ ਕਾਮਣ ਸਹਜੇ ਮਤ ਦੀ ਪ੍ਰਭੂ ਨੇ ਜਦੋਂ ਕਿਰਪਾ ਕੀਤੀ ਆਪਣੇ ਨਾਲ ਮਿਲਾ ਲਿਆ ਸੱਚ ਮਨ ਵਸਾਇਆ ਜਿਹੜਾ ਸੱਚਾ ਨਾਮ ਸੀ ਸਥਿਰ ਰਹਿਣ ਵਾਲੇ ਪ੍ਰਭੂ ਦਾ ਉਹ ਫਿਰ ਮਨ ਵਿੱਚ ਵਸ ਗਿਆ ਵਸ ਗਿਆ ਫਿਰ ਬਾਰੰਬਾਰ ਜਪਦਾ ਵਾਹਿਗੁਰੂ 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 ਵਾਹਿਗੁਰੂ

ਸੱਚਾ ਨਾਮ ਸੀ ਉਹ ਮਨ ਦੇ ਵਿੱਚ ਵਸ ਗਿਆ ਤੇ ਜਦੋਂ ਵਸਿਆ ਫਿਰ ਕੀ ਹੋਇਆ ਕਾਮਨ ਸਹਜੇ ਮਾਤੀ ਫਿਰ ਜਿਹੜੀ ਜਗਿਆਸੂ ਰੂਪ ਜੀਵ ਇਸਤਰੀ ਸੀ ਉਹ ਜਦੋਂ ਨਾਮ ਮਨ ਵਿੱਚ ਵਸਿਆ ਤੇ ਫਿਰ ਸਦਾ ਹੀ ਉਹਦੇ ਵਿੱਚ ਮਸਤ ਰਹਿਣ ਲੱਗੀ ਮਾਤੀ ਤੋਂ ਭਾਵ ਮਸਤ ਹੋ ਜਾਣਾ ਜਦੋਂ ਕਿਤੇ ਜੁੜ ਜਾਈਏ ਗੁਰੂ ਰਹਿਮਤ ਕਰਦੇ ਸੁਰਤ ਜੁੜ ਜਾਏ ਜੇ ਫਿਰ ਐਸਾ ਆਨੰਦ ਵਰਤਦਾ ਹੈ ਜੀਵ ਮਸਤ ਹੋ ਜਾਂਦਾ ਹੈ ਮਸਤ ਹੋ ਜਾਂਦਾ ਜਿਵੇਂ ਭਵਰਾ ਫੁੱਲ ਤੇ ਜਾਂਦਾ ਉਹਦੇ ਰਸ ਵਿੱਚ ਮਸਤ ਹੋ ਜਾਂਦਾ ਫਿਰ ਉਹਨੂੰ ਕੋਈ ਪਤਾ ਨਹੀਂ ਰਹਿੰਦਾ ਉਹਦੇ ਵਿੱਚ ਸਿਮਟ ਕੇ ਖਤਮ ਹੋ ਜਾਂਦਾ ਸਹਿਸਨਾ ਉਹ ਜਿਹੜੇ ਜਗਿਆਸੂ ਰੂਪ ਜੀਵ ਇਸਤਰੀਆਂ ਨੇ ਫਿਰ ਜਦੋਂ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ ਫਿਰ ਸਦਾ ਉਹਦੇ ਵਿੱਚ ਮਸਤ ਹੋਈਆਂ ਰਹਿੰਦੀਆਂ ਨੇ ਫਿਰ ਸਦਾ ਹੀ ਜਪਦੀਆਂ ਨੇ ਬਾਰੰਬਾਰ ਉਹਦਾ ਰਸ ਲੈ ਲੈ ਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੀਆਂ ਮਸਤ ਹੋਈਆਂ ਰਹਿੰਦੀਆਂ ਹਨ ਗੁਰ ਸ਼ਬਦ ਸੀਗਾਰੀ ਸੱਚ ਸਵਾਰੀ ਸਦਾ ਰਾਵੇ ਰੰਗ ਰਾਤੀ ਇਸਤਰੀ ਸ਼ਿੰਗਾਰ ਕਰਦੀ ਹੈ ਤਨ ਦਾ ਪਤੀ ਦੀ ਖੁਸ਼ੀ ਵਾਸਤੇ ਮਰਾ ਪਤੀ ਘਰਾਵੇ ਮੈ ਸੋਨਾ ਸ਼ਿੰਗਾਰ ਤਨ ਤੇ ਕਰਾਂ ਜਿਹਨੂੰ ਵੇਖ ਕੇ ਉਹ ਮੇਰੇ ਤੇ ਖੁਸ਼ ਹੋ ਜਾਵੇ ਪ੍ਰਸੰਨ ਹੋ ਜਾਵੇ ਤੇ ਜਿਹੜੀਆਂ ਜਗਿਆਸੂ ਰੂਪ ਜੀਵ ਇਸਤਰੀਆਂ ਨੇ ਉਹਨਾਂ ਦਾ ਸ਼ਿੰਗਾਰ ਕੀ ਹੈ ਗੁਰ ਸ਼ਬਦ ਦੀ ਸ਼ਿਗਾਰੀ ਗੁਰੂ ਫਿਰ ਉਹਨਾਂ ਨੂੰ ਸ਼ਬਦ ਦਾ ਸ਼ਿੰਗਾਰ ਬਖਸ਼ਦਾ ਸ਼ਬਦ ਦੇ ਦੁਆਰਾ ਉਹਨਾਂ ਦਾ ਸ਼ਿੰਗਾਰ ਕਰ ਸ਼ਿੰਗਾਰ ਕਰਦੇ ਜਗਿਆਸੂ ਰੂਪ ਜੀਵ ਇਸਤਰੀ ਨੂੰ ਗੁਰੂ ਨੇ ਕਿਰਪਾ ਕਰਕੇ ਗੁਰ ਸ਼ਬਦ ਦੇ ਦੁਆਰਾ ਸ਼ਿੰਗਾਰ ਦਿੱਤਾ ਸੱਚ ਸਵਾਰੀ ਸੱਚੇ ਵਾਹਿਗੁਰੂ ਪਰਮੇਸ਼ਰ ਦੀ ਸ਼ਿਵਤ ਸਲਾਹ ਦੇ ਦੁਆਰਾ ਉਹਦੀ ਜਿਹੜੀ ਸੁਰਤ ਸੀ ਨਾ ਉਹਨੂੰ ਸਵਾਰ ਦਿੱਤਾ ਸੁਰਤ ਸਵਰ ਗਈ ਫਿਰ ਉਹ ਸੁਰਤ ਜਿਹੜੀ ਸੀ ਉਹ ਫਿਰ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਸ਼ਿਵਤ ਸਲਾਹ ਦੁਆਰਾ ਉਹ ਸੁਰਤ ਨੂੰ ਸਵਾਰਨਾ ਕੀਤਾ ਸਦਾ ਰਵੇ ਰੰਗ ਰਾਤੀ ਫਿਰ ਉਹ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਸਦਾ ਰਤੀ ਰਹਿੰਦੀ ਹੈ ਨਾਮ ਦਾ ਗੂੜਾ ਰੰਗ ਫਿਰ ਉਹਦੇ ਤੇ ਚੜਿਆ ਰਹਿੰਦਾ ਫਿਰ ਸਦਾ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੀ ਰਹਿੰਦੀ ਹੈ ਆਪ ਗਵਾਏ ਹਰ ਵਰ ਪਾਏ ਤਾਂ ਹਰ ਰਸ ਮਨ ਵਸਾਇਆ ਹੁਣ ਜਿਹੜਾ ਉਹ ਵਾਰ ਹੈ ਪ੍ਰਭੂ ਪਤੀ ਪਰਮੇਸ਼ਰ ਉਹ ਵਰ ਮਿਲਣਾ ਕਿਵੇਂ ਪ੍ਰਾਪਤ ਕਿਵੇਂ ਹੋਣਾ ਹੈ ਜਿਸ ਜਗਿਆਸੂ ਰੂਪ ਜੀਵ ਇਸਤਰੀ ਨੇ ਆਪਣੋ ਅੰਦਰੋਂ ਆਪਾ ਭਾਵ ਗਵਾ ਦਿੱਤਾ ਹਉਮੈ ਨੂੰ ਮਾਰ ਲਿਆ ਪਾਵਨ ਸ਼ਬਦ ਗੁਰਬਾਣੀ ਅੰਦਰ ਭਗਤ ਸਾਹਿਬ ਦਾ ਪੜ੍ਹਦੇ ਨੇ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਜਦੋਂ ਤੱਕ ਮੇਰੇ ਵਿੱਚ ਮੈਂ ਸੀ ਮੇਰੇ ਵਿੱਚ ਆਪਾ ਭਾਵ ਸੀ ਮੇਰੇ ਵਿੱਚ ਹਉਮੈ ਸੀ ਉਦੋਂ ਤੱਕ ਤੂੰ ਨਹੀਂ ਸੀ ਉਦੋਂ ਤੱਕ ਤੋ ਇਸ ਹਿਰਦੇ ਘਰ ਵਿੱਚ ਮੈਨੂੰ ਪ੍ਰਾਪਤ ਨਹੀਂ ਹੋਇਆ ਤੇ ਜਦੋਂ ਮੇਰੇ ਵਿੱਚੋਂ ਮੈਂ ਖਤਮ ਹੋ ਗਈ ਨਿਰਕਬੀਰ ਤੂੰ ਤੂੰ ਕਰਤਾ ਤੂੰ ਹੋਆ ਮੁਝ ਵਿੱਚ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੋਂ ਜਦੋਂ ਉਹ ਅਵਸਥਾ ਬਣ ਗਈ ਆਪਣੇ ਅੰਦਰੋਂ ਆਪਾ ਭਾਵ ਜਿਨੇ ਮਾਰ ਲਿਆ ਆਪਣੀ ਜਿਨੇ ਹਉਮੈ ਖਤਮ ਕਰ ਲਈ ਸਾਬ ਜੀ ਕਹਿੰਦੇ ਆਪ ਗਵਾਏ ਜਿਨਾਂ ਨੇ ਆਪਾ ਭਾਵ ਗਵਾ ਲਿਆ ਹਉਮੈ ਮਾਰ ਲਈ ਫਿਰ ਕੀ ਹੋਇਆ ਹਰ ਵਰ ਪਾਏ ਉਹ ਹਰੀ ਵਾਹਿਗੁਰੂ ਪਰਮੇਸ਼ਰ ਜਿਹੜਾ ਪਤੀ ਸੀ ਵਾਰਸ ਸੀ ਫਿਰ ਉਹ ਜਗਿਆਸੂ ਰੂਪ ਜੀਵ ਇਸਤਰੀਆਂ ਉਸ ਪਤੀ ਨੂੰ ਪਾ ਲੈਂਦੀਆਂ ਨੇ ਪ੍ਰਾਪਤ ਕਰ ਲੈਂਦੀਆਂ ਨੇ ਜਿਹੜੀਆਂ ਆਪਣੇ ਭਾਵ ਚ ਤੁਰੀਆਂ ਰਹੀਆਂ ਹੋਮੇ ਦੇ ਵਿੱਚ ਰਹੀਆਂ ਉਹ ਉਹਨੂੰ ਕਦੀ ਵੀ ਪ੍ਰਾਪਤ ਨਹੀਂ ਕਰ ਸਕਦੀਆਂ ਜਿਨ੍ਹਾਂ ਨੇ ਇਹ ਗਵਾਲੀ ਉਹਨਾਂ ਨੂੰ ਫਿਰ ਆਪਣੇ ਪਤੀ ਪਰਮੇਸ਼ਰ ਦਾ ਮਿਲਾਪ ਹੋ ਗਿਆ ਤਾਂ ਹਰ ਰਸ ਮਨ ਵਸਾਇਆ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਜਿਹੜਾ ਰਸ ਸੀ ਉਹ ਉਹਨਾਂ ਨੇ ਆਪਣੇ ਮਨ ਦੇ ਵਿੱਚ ਵਸਾ ਲਿਆ ਫਿਰ ਉਸ ਰਸ ਨੂੰ ਆਪਣੇ ਮਨ ਅੰਦਰ ਵਸਾ ਕਰਕੇ ਸਦਾ ਉਸ ਰਸ ਨੂੰ ਮਾਨਦਿਆਂ ਹਨ ਕਹੋ ਨਾਨਕ ਗੁਰ ਸ਼ਬਦ ਸواری ਸਫਲਿਓ ਜਨਮ ਸਬਾਇਆ ਤੇ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਵਾਲਾ ਜਿਹੜਾ ਸ਼ਬਦ ਹੈ ਕਿਉਂਕਿ ਗੁਰਬਾਣੀ ਜਿੰਨੀ ਵੀ ਹੈ ਗੁਰੂ ਸਾਹਿਬ ਦੀ ਉਹ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਵਾਲੀ ਬਾਣੀ ਹੈ ਸਾਰੀ ਕੁਰਬਾਨੀ ਦੇ ਵਿੱਚ ਪ੍ਰਭੂ ਦੀ ਉਸਤਤ ਹੈ ਪ੍ਰਭੂ ਦੀ ਸਿਵਤ ਸਲਾਹ ਹੈ ਇੱਕ ਇੱਕ ਸ਼ਬਦ ਦੇ ਅੰਦਰ ਗੁਰੂ ਸਾਹਿਬ ਨੇ ਕਿਰਪਾ ਕਰਕੇ ਉਸ ਪ੍ਰਭੂ ਦੀ ਸਿਵਤ ਸਲਾਹ ਵਾਲੇ ਸ਼ਬਦ ਦੇ ਦੁਆਰਾ ਉਹਦਾ ਜੀਵਨ ਜਿਹੜਾ ਸੀ ਸਵਾਰ ਦਿੱਤਾ ਸੁਰਤ ਨੂੰ ਸਵਾਰ ਦਿੱਤਾ ਸਫਲੇ ਹੋ ਜਨਮ ਸਬਾਇਆ ਉਹਦਾ ਜਿਹੜਾ ਸਾਰਾ ਜੀਵਨ ਸੀ ਉਹ ਸਫਲ ਹੋ ਗਿਆ ਧੰਤਾ ਦੇ ਜੋਗ ਆ ਜੋਗ ਹੋ ਗਿਆ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕਰਕੇ ਜਿਨ੍ਹਾਂ ਦਾ ਜੀਵਨ ਸਵਾਰ ਦਿੱਤਾ ਉਹ ਸਫਲ ਜੀਵਨ ਵਾਲੇ ਹੋ ਗਏ ਦੂਜੜ ਕਾਮਣ ਪਰਮ ਪੁੱਲੀ ਹਰ ਵਰ ਨਾ ਪਾਏ RAM ਹੁਣ ਦੂਜੇ ਪਾਸੇ ਮਨਮੁਖ ਜੀਵ ਇਸਤਰੀ ਦੀ ਹਾਲਤ ਕੀ ਹੈ ਪਹਿਲੇ ਵੰਦ ਅੰਦਰ ਸਾਹਿਬ ਜੀ ਨੇ ਜਗਿਆਸੂ ਰੂਪ ਜੀਵ ਇਸਤਰੀ ਦਾ ਜ਼ਿਕਰ ਕੀਤਾ ਕਿ ਉਹਦੇ ਅੰਦਰ ਦੀ ਅਵਸਥਾ ਕੀ ਹੈ ਉਹ ਕਿਵੇਂ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਆਪਣੇ ਪ੍ਰਭੂ ਪਤੀ ਨਾਲ ਮਿਲਾਪ ਕਰਦੀ ਹੈ ਗੁਰੂ ਕਿਵੇਂ ਰਹਿਮਤ ਕਰਦਾ ਹੈ ਉਹਦਾ ਜੀਵਨ ਸਵਾਰਦ ਦੂਜੇ ਪਾਸੇ ਮਨਮੁਖ ਜੀਵ ਇਸਤਰੀ ਹੈ ਜਿਹੜੀ ਆਪਾ ਭਾਵ ਵਿੱਚ ਰਹਿੰਦੀ ਹੈ ਜਿਹੜੇ ਆਪਣੇ ਪਤੀ ਨੂੰ ਵਿਸਾਰ ਕੇ ਹੋਰ ਪਾਸੇ ਦੌੜਦੀ ਫਿਰਦੀ ਹੈ ਮਾਇਆ ਦੇ ਮੋਹ ਵਿੱਚ ਹੈ ਸੰਸਾਰ ਦੇ ਪਦਾਰਥਾਂ ਨਾਲ ਪ੍ਰੀਤ ਬਣੀ ਹੈ ਸਾਬ ਜੀ ਕਹਿੰਦੇ ਦੂਜਾ ਜਿਹੜਾ ਕਾਮਨ ਭਰਮ ਭੁੱਲੀ ਉਹ ਭਰਮ ਦੇ ਵਿੱਚ ਭੁੱਲੀ ਹੋਈ ਪਰਮੇਸ਼ਰ ਨੂੰ ਨਹੀਂ ਜਾਣਦੀ ਵਿਸਾਰ ਦਿੰਦੀ ਹੈ ਹਰ ਵਰ ਨਾ ਪਾਏ ਰਾਮ ਉਹ ਹਰੀ ਵਾਹਿਗੁਰੂ ਪਰਮੇਸ਼ਰ ਪਤੀ ਨੂੰ ਵਰ ਨੂੰ ਪ੍ਰਾਪਤ ਨਹੀਂ ਕਰ ਸਕਦੀ ਕਿਉਂਕਿ ਉਹ ਦਵੇਸ਼ ਭਾਵਨਾ ਵਿੱਚ ਲੱਗੀ ਹੋਈ ਹੈ ਦੂਜੇ ਭਾਵ ਮਾਇਆ ਦੇ ਮੋਹ ਵਿੱਚ ਉਹਨੂੰ ਪ੍ਰਭੂ ਵਿਸਰਿਆ ਹੋਇਆ ਹੈ ਤੇ ਜਿਹਦੀ ਇਹ ਹਾਲਤ ਹੈ ਉਹਨੂੰ ਪ੍ਰਭੂ ਹਰੀ ਵਾਹਿਗੁਰੂ ਪਰਮੇਸ਼ਰ ਵਰ ਦੇ ਰੂਪ ਵਿੱਚ ਪ੍ਰਾਪਤ ਨਹੀਂ ਹੁੰਦਾ ਉਹਨੂੰ ਪ੍ਰਾਪਤ ਨਹੀਂ ਕਰ ਸਕਦੇ ਕਾਮਣ ਗੁਣ ਨਾਹੀ ਬਿਰਥਾ ਜਨਮ ਗਵਾਏ RAM ਉਹ ਜਿਹੜੀ ਕਾਮਣ ਮਨਮੁਖ ਜੀਵ ਇਸਤਰੀ ਹੈ ਉਹਦੇ ਜੀਵਨ ਅੰਦਰ ਕੋਈ ਗੁਣ ਹੀ ਨਹੀਂ ਔਗਣਾ ਦੀ ਭਰੀ ਹੈ ਔਗਣੇ ਇਕੱਠੇ ਕੀਤੇ ਗੁਣ ਕੋਈ ਇਕੱਠਾ ਕੀਤਾ ਹੀ ਨਹੀਂ ਕੋਈ ਵੀ ਹਾਜਿਆ ਹੀ ਨਹੀਂ ਤੇ ਕਾਮਨ ਗੁਣ ਨਹੀਂ ਉਹ ਗੁਣ ਜਿਨ੍ਹਾਂ ਗੁਣਾ ਦੁਆਰਾ ਜੇ ਸ਼ਿਵਤ ਸਲਾਹ ਰੂਪੀ ਗੁਣਾਦਾਰਾ ਉਹ ਪ੍ਰਭੂ ਨੂੰ ਪਾਉਣਾ ਹੈ ਜਿਹਦੇ ਦੁਆਰਾ ਉਹ ਪ੍ਰਾਪਤ ਹੋਣਾ ਉਹ ਨਿਧਾਰਨ ਨਹੀਂ ਕੀਤੇ ਉਹ ਗੁਣੇ ਇਕੱਠੇ ਨਹੀਂ ਕੀਤੇ ਉਹਦੇ ਤੋਂ ਸਖਣੀ ਹੈ ਖਾਲੀ ਹੈ ਗੁਣ ਨਹੀਂ ਗੁਣ ਨਾ ਹੋਣ ਕਰਕੇ ਬਿਰਥਾ ਜਨਮ ਗਵਾਏ ਰਾਮ ਉਹ ਆਪਣਾ ਜਨਮ ਵਿਅਰਥ ਗਵਾ ਲੈਂਦੀ ਹੈ ਦੂਜੇ ਭਾਵ ਵਿੱਚ ਲੱਗੀ ਹੋਈ ਇੱਧਰ ਉੱਧਰ ਦੌੜਦੀ ਫਿਰਦੀ ਹੈ ਮਾਇਆ ਦੇ ਮੋਹ ਵਿੱਚ ਪਈ ਹੋਈ ਹੈ ਆਪਣੇ ਪ੍ਰਭੂ ਪਤੀ ਦਾ ਜਿਹੜਾ ਉਹ ਸਾਥ ਨਹੀਂ ਮਾਣ ਸਕਦੀ ਉਹਦੀ ਪ੍ਰਾਪਤੀ ਨਹੀਂ ਕਰ ਸਕਦੀ ਇਸ ਕਰਕੇ ਆਪਣਾ ਜਨਮ ਜਿਹੜਾ ਉਹ ਵਿਅਰਥ ਗਵਾ ਲੈਂਦੀ ਹੈ ਬਿਰਥਾ ਜਨਮ ਗਵਾਏ ਮਨਮੁਖ ਈਆਣੀ ਔਗਣਵੰਤੀ ਝੂਰੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜਿਹੜੀ ਜੀਵ ਇਸਤਰੀ ਆ ਮਨ ਨੂੰ ਮੁਖ ਰੱਖ ਕੇ ਚੱਲਦੀ ਐ ਈਆਣੀ ਉਹ ਮੂਰਖ ਹੈ ਮੂਰਖ ਮਨ ਨੂੰ ਮੁਖ ਰੱਖ ਕੇ ਮਨ ਦੇ ਪਿੱਛੇ ਤੁਰਨ ਵਾਲੀ ਜਿਹੜੀ ਅਈਆੜ ਜੀਵ ਇਸਤਰੀ ਐ ਪਾਤਸ਼ਾਹ ਕਹਿੰਦੇ ਉਹ ਆਪਣਾ ਜਿੱਥੇ ਜਨਮ ਵਿਅਰਥਾ ਗਵਾ ਲੈਂਦੀ ਹੈ ਉਥੇ ਔਗਣਵੰਤੀ ਝੂਰੇ ਉਹ ਔਗਣਾ ਦੇ ਸਾਥ ਫਿਰ ਸਦਾ ਝੂਰਦੀ ਰਹਿੰਦੀ ਹੈ ਉਹਦਾ ਜੀਵਨ ਸਦਾ ਝੂਰਦਿਆਂ ਹੀ ਲੰਘ ਜਾਂਦਾ ਹੈ ਕਿਉਂਕਿ ਪ੍ਰਭੂ ਪਤੀ ਦਾ ਮਿਲਾਪ ਹੀ ਨਹੀਂ ਹੋਇਆ ਪਤੀ ਨੇ ਜੀਵਨ ਦੇ ਅੰਦਰ ਜੋ ਆਨੰਦ ਦੇਣਾ ਸੀ ਬਖਸ਼ਿਸ਼ ਕਰਨੀ ਸੀ ਉਹਦਾ ਮਿਲਾਪ ਨਹੀਂ ਹੋਇਆ ਇਸ ਕਰਕੇ ਮਨ ਦੇ ਪਿੱਛੇ ਲੱਗੇ ਰਹੀ ਮੂਰਖ ਬਣੀ ਰਹੀ ਜਨਮ ਵਿਅਰਥਕ ਵਾਲਿਆ ਤੇ ਔਗਣਾ ਦੇ ਵਿੱਚ ਪਈ ਹੋਏ ਫਿਰ ਸਾਦੀ ਸਾਰੀ ਉਮਰੋ ਦੀ ਝੂਰਦਿਆਂ ਹੋਇਆਂ ਜਿਹੜੀ ਔਲਗ ਜਾਂਦੀ ਹੈ ਆਪਣਾ ਸਤਿਗੁਰ ਸੇਵ ਸਦਾ ਸੁਖ ਪਾਇਆ ਤਾਂ ਪਿਰ ਮਿਲਿਆ ਹਦੂਰੇ ਤੇ ਸਤਿਗੁਰ ਗੁਰ ਅਮਰਦਾਸ ਪਾਤਸ਼ਾਹ ਜੀ ਉਹ ਮਨਮੁਖ ਜੀਵ ਇਸਤਰੀ ਨੂੰ ਉਪਦੇਸ਼ ਦਿੰਦਿਆਂ ਸਮਝਾਉਂਦੇ ਨੇ ਕਿ ਇਹ ਮਨਮੁਖ ਮਨ ਦੇ ਪਿੱਛੇ ਤੁਰਣ ਵਾਲੀ ਅੰਨ੍ਯਾਂ ਜੀਵ ਇਸਤਰੀਏ ਆਪਣਾ ਸਤਿਗੁਰੂ ਸੇਵ ਆਪਣੇ ਗੁਰੂ ਨੂੰ ਸੇਵਨਾ ਕਰ ਗੁਰੂ ਦੀ ਸੇਵਾ ਕਰ ਗੁਰੂ ਦੇ ਉਪਦੇਸ਼ ਦੀ ਕਮਾਈ ਕਰ ਸਦਾ ਸੁਖ ਪਾਇਆ ਤਾਂ ਤੈਨੂੰ ਸਦਾ ਸੁਖ ਦੀ ਪ੍ਰਾਪਤੀ ਹੋਣੀ ਹੈ ਤੋਂ ਉਹਨੋਂ ਵਿਸਾਰ ਕਰਕੇ ਮਾਇਆ ਦੇ ਮੋਹ ਵਿੱਚ ਪਈ ਹੋਈ ਪਦਾਰਥਾਂ ਦੀ ਦੌੜ ਤੇ ਪਿੱਛੇ ਤੋਂ ਲੱਗੀ ਹੋਈਆਂ ਇਸ ਕਰਕੇ ਤੈਨੂੰ ਉਹਨਾਂ ਵਿੱਚੋਂ ਸੁੱਖ ਨਹੀਂ ਮਿਲਣਾ ਸੁੱਖ ਮਿਲਣਾ ਹੈ ਉਸ ਪ੍ਰਭੂ ਦੀ ਸਿਫਤ ਕਰਕੇ ਸੇਵ ਕਰਕੇ ਸੇਵਾ ਕਰਕੇ ਉਹਦੀ ਸਿਫਤ ਸਲਾਹ ਵਿੱਚ ਜੁੜ ਕੇ ਇਸ ਕਰਕੇ ਉਹਦੀ ਸੇਵਾ ਕਰ ਸਿਫਤ ਸਲਾਹ ਦੇ ਵਿੱਚ ਜੁੜਨਾ ਕਰ ਫਿਰ ਤੈਨੂੰ ਸਦਾ ਹੀ ਸੁੱਖ ਦੀ ਪ੍ਰਾਪਤੀ ਹੋ ਜਾਏਗੀ ਤੇਰਾ ਜੀਵਨ ਸਦਾ ਸੁੱਖ ਦੇ ਸਹਿਤ ਹੋ ਜਾਏਗਾ ਉਹ ਸੁੱਖ ਫਿਰ ਕਦੀ ਵੀ ਖਤਮ ਨਹੀਂ ਹੋਏਗਾ ਸਦੀਵੀ ਸੁੱਖ ਤਾ ਪਰ ਮਿਲਿਆ ਹਾਦੂਰੇ ਉਹਨ ਗੁਰੂ ਸਾਹਿਬ ਜੀ ਨੇ ਜਦੋਂ ਇਹ ਉਪਦੇਸ਼ ਦਿੱਤਾ ਤੇ ਜਿੰਨਾ ਜੀਵ ਇਸਤਰੀਆਂ ਨੇ ਫਿਰ ਉਹ ਉਪਦੇਸ਼ ਕਮਾ ਲਿਆ ਉਹਦੀ ਕਮਾਈ ਕੀਤੀ ਸੇਵਨਾ ਕੀਤਾ ਜਿੱਥੇ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੋਈ ਹਿਰਦਾ ਸੁੱਖ ਦੇ ਸਹਿਤ ਹੋ ਗਿਆ ਆਤਮਿਕ ਸੁੱਖ ਮਿਲ ਗਿਆ ਤੇ ਫਿਰ ਮਿਲਿਆ ਫਿਰ ਮਿਲਿਆ ਹਾਦੂਰੇ ਫਿਰ ਜਿਹੜਾ ਉਹ ਵਾਹਿਗੁਰੂ ਪਰਮੇਸ਼ਰ ਸ੍ਰੀ ਪਤੀ ਸੀ ਉਹਨੂੰ ਅੰਗ ਸੰਗ ਹੀ ਪਾ ਲਿਆ ਫਿਰ ਦੇ ਰੂਪੇ ਘਰ ਦੇ ਵਿੱਚੋਂ ਪ੍ਰਾਪਤ ਹੋ ਗਿਆ ਉਹਦੀ ਪ੍ਰਾਪਤੀ ਹੋ ਗਈ ਦੇਖ ਪਿਰ ਵਿਗਸੀ ਅੰਦਰੋ ਸਰਸੀ ਸੱਚ ਸਬਦ ਸੁਪਾਏ ਤੇ ਜਦੋਂ ਵੇਖਿਆ ਕਿ ਜਿਸ ਪਤੀ ਦੇ ਵਿਛੋੜੇ ਕਾਰਨ ਮੈਂ ਝੂਰਦੀ ਸੀ ਜਿਸ ਪਤੀ ਦੇ ਵਿਛੋੜੇ ਕਾਰਨ ਜੀਵਨ ਅੰਦਰ ਦੁੱਖ ਸੀ ਤੇ ਹੁਣ ਜਦੋਂ ਉਹਦੀ ਪ੍ਰਾਪਤੀ ਹੋਈ ਦੇਖ ਪਿਰ ਵਿਗਸੀ ਪਿਰ ਪਤੀ ਨੂੰ ਵੇਖਦੇ ਆ ਜਿਹੜਾ ਸੀ ਉਹ ਖੇੜਾ ਬਣ ਗਿਆ ਆਨੰਦ ਬਣ ਗਿਆ ਜਿਵੇਂ ਕਿਸੇ ਇਸਤਰੀ ਦਾ ਪਤੀ ਕਿਤੇ ਦੂਰ ਗਿਆ ਹੋਵੇ ਤੇ ਉਹਦੇ ਵਿਛੋੜੇ ਦੀ ਪੀੜਾ ਸਹਿਣ ਕਰਦੀ ਹੈ ਮਿਲਾਪ ਦੀ ਤਾਂਗ ਵਿੱਚ ਰਹਿੰਦੀ ਹੈ ਤੇ ਜਦੋਂ ਲੰਬੇ ਸਮੇਂ ਬਾਅਦ ਘਰ ਆਵੇ ਤੇ ਉਹਨੂੰ ਵੇਖ ਕੇ ਬੜੀ ਖੁਸ਼ ਹੁੰਦੀ ਹੈ ਬੜੀ ਪ੍ਰਸੰਨ ਹੁੰਦੀ ਹੈ ਉਹਦੀ ਖੁਸ਼ੀ ਨੂੰ ਉਹ ਬਿਆਨ ਨਹੀਂ ਕਰ ਸਕਦੇ ਇਸੇ ਤਰ੍ਹਾਂ ਜਿਸ ਜੀਵ ਇਸਤਰੀ ਦਾ ਵਿਛੋੜਾ ਪਿਆ ਸੀ ਜਿਹੜੇ ਆਪਣੇ ਪਤੀ ਤੋਂ ਵਿਛੜੀ ਹੋਈ ਸੀ ਜਦੋਂ ਉਹਨੂੰ ਆਪਣੇ ਨਿੱਜ ਘਰ ਵਿੱਚੋਂ ਪਾਲਿਆ ਪ੍ਰਾਪਤ ਕਰ ਲਿਆ ਤਾਂ ਦੇਖ ਪਿਰ ਵਿਕਸੀ ਫਿਰ ਵੇਖ ਕਰਕੇ ਆਨੰਦ ਬਣ ਗਿਆ ਖੇੜਾ ਬਣ ਗਿਆ ਅੰਦਰੋਂ ਸਰਸੀ ਤੇ ਅੰਦਰੋਂ ਉਹ ਰਸ ਦੇ ਸਹਿਤ ਹੋ ਗਈ ਜਦੋਂ ਪਤੀ ਮਿਲਿਆ ਨਾ ਪਤੀ ਦੇ ਮਲਾਪ ਹੋਣ ਦੇ ਨਾਲ ਖੇੜਾ ਆਇਆ ਆਨੰਦ ਬਣਿਆ ਹਿਰਦਾ ਜਿਹੜਾ ਸੀ ਉਹ ਰਸ ਦੇ ਸਹਿਤ ਹੋ ਗਿਆ ਸੱਚਾ ਸ਼ਬਦ ਸੁਪਾਏ ਸੱਚੀ ਸ਼ਿਵਤ ਸਲਾਹ ਵਾਲਾ ਜਿਹੜਾ ਸ਼ਬਦ ਸੀ ਉਹਦੇ ਵਿੱਚ ਜਿਹੜੀ ਸੀ ਉਹ ਲੀਨ ਹੋ ਗਈ ਫਿਰ ਉਹਦੇ ਵਿੱਚ ਲੀਨ ਹੋ ਗਈ ਸੱਚੀ ਸ਼ਿਵਤ ਸਵਸਲਾਹ ਵਾਲਾ ਜਿਹੜਾ ਸ਼ਬਦ ਸੀ ਪਰਮੇਸ਼ਰ ਦਾ ਜਦੋਂ ਪਿਰ ਮਿਲ ਗਿਆ ਪਤੀ ਮਿਲ ਗਿਆ ਜਦੋਂ ਰਸ ਦੇ ਸਹਿਤ ਹਿਰਦਾ ਹੋ ਗਿਆ ਮੈ ਫਿਰੋ ਸੱਚੇ ਸ਼ਿਵਤ ਸ਼ਿਵਤ ਸਵਾਲੇ ਸ਼ਬਦ ਦੇ ਵਿੱਚ ਜਿਹੜੇ ਸੀ ਉਹ ਲੈਣ ਹੋ ਗਏ ਨਾਨਕ ਵਿਣ ਨਾਵ ਕਾਮਣ ਪਰਮ ਪੁਲਾਣੀ ਮਿਲ ਪ੍ਰੀਤਮ ਸੁਖ ਪਾਏ ਨਾਮ ਤੋਂ ਬਿਨਾ ਜਿਹੜੀ ਕਾਮਨ ਸੀ ਜੀਵ ਇਸਤਰੀ ਸੀ ਉਹ ਭੁੱਲੀ ਫਿਰਦੀ ਸੀ ਪਰਮੇਸ਼ਰ ਨੂੰ ਤੇ ਜਦੋਂ ਕਿਰਪਾ ਹੋ ਗਈ ਗੁਰੂ ਦਾ ਉਪਦੇਸ਼ ਜੋ ਗੁਰੂ ਨੇ ਬਖਸ਼ਿਸ਼ ਕੀਤਾ ਜਿਸ ਉਪਦੇਸ਼ ਦੁਆਰਾ ਉਹਦਾ ਮਿਲਾਪ ਸੀ ਜਦੋਂ ਉਹਦੀ ਕਮਾਈ ਕੀਤੀ ਉਪਦੇਸ਼ ਦੀ ਫਿਰ ਪ੍ਰੀਤਮ ਜਿਹੜਾ ਸੀ ਉਹ ਮਿਲ ਪਿਆ ਤੇ ਪ੍ਰੀਤਮ ਮਿਲਣ ਦੇ ਨਾਲ ਕੀ ਹੋਇਆ ਸੁਖ ਪਾਏ ਜਿਵੇਂ ਸਤਰੀ ਪਤੀ ਦੇ ਘਰ ਆਉਣ ਦੇ ਨਾਲ ਲੰਬੇ ਸਮੇਂ ਬਾਅਦ ਜਦੋਂ ਆਵੇ ਤੇ ਬੜਾ ਸੁਖ ਮਾਣਦੀ ਹੈ ਸੁਖ ਦੇ ਸਹਿਤ ਹੋ ਜਾਂਦੀ ਹੈ ਉਹ ਫਿਰ ਜਿਹੜੀ ਜੀਵ ਇਸਤਰੀ ਹੈ ਆਪਣੇ ਉਸ ਪ੍ਰੀਤਮ ਵਾਹਿਗੁਰੂ ਪਰਮੇਸ਼ਰ ਨੂੰ ਪਾ ਕਰਕੇ ਸੁੱਖਾਂ ਦੇ ਸਹਿਤ ਹੋ ਗਈ ਆਤਮਿਕ ਸੁੱਖ ਨੂੰ ਮਾਨਣ ਲੱਗੀ ਫਿਰ ਸੰਗ ਕਾਮਣ ਜਾਣਿਆ ਗੁਰ ਮੇਲ ਮਿਲਾਈ RAM ਤੇ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕਰਕੇ ਜਿਨ੍ਹਾਂ ਜੀਵ ਇਸਤਰੀਆਂ ਦਾ ਮੇਲ ਉਹ ਵਾਹਿਗੁਰੂ ਪਰਮੇਸ਼ਰ ਪਤੀ ਦੇ ਨਾਲ ਕਰਵਾ ਦਿੱਤਾ ਤੇ ਫਿਰ ਉਹਨਾਂ ਨੇ ਪਿਰ ਸੰਗ ਕਾਮਣ ਜਾਣਿਆ ਫਿਰ ਉਹ ਕਾਮਣ ਜਿਹੜੀ ਜੀਵ ਇਸਤਰੀ ਹੈ ਉਹ ਫਿਰ ਆਪਣੇ ਪਿਰ ਨੂੰ ਸਦਾ ਸੰਗ ਜਾਣਦੀ ਹੈ ਸਦਾ ਆਪਣੇ ਨਾਲ ਕਰਕੇ ਜਾਣਦੀ ਹੈ ਦੂਰ ਨਹੀਂ ਜਾਣਦੀ ਸਦਾ ਆਪਣੇ ਸਦਾ ਅੰਗ ਸੰਗੇ ਅਭੰਗੰਗ ਵਿਪੂਤੇ ਸਦਾ ਅੰਗ ਸੰਗ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਨੂੰ ਜਾਣਦੀ ਹੈ ਜਿਨ੍ਹਾਂ ਨੂੰ ਗੁਰੂ ਕਿਰਪਾ ਕਰਕੇ ਉਸ ਪਰਮੇਸ਼ਰ ਨਾਲ ਮਿਲਾ ਦਿੰਦਾ ਹੈ ਅੰਤਰ ਸ਼ਬਦ ਮਿਲੀ ਸਹਜੇ ਤਪਤ 부ਝਾਈ ਰਾਮ ਅੰਤਰ ਸ਼ਬਦ ਮਿਲੀ ਜਦੋਂ ਹਿਰਦਾ ਜਿਹੜਾ ਸੀ ਉਹ ਪਰਮੇਸ਼ਰ ਦੀ ਸਿਵਤ ਸਲਾਹ ਵਾਲੇ ਸ਼ਬਦ ਵਿੱਚ ਮਿਲ ਗਿਆ ਲੀਨ ਹੋ ਗਿਆ ਉਹਦੇ ਵਿੱਚ ਸਮਾ ਗਿਆ ਸਹਜੇ ਤਪਤ 부ਝਾਈ ਰਾਮ ਜਿਹੜੇ ਵਿਛੋੜੇ ਦੀ ਤਪਤ ਸੀ ਉਹ ਫਿਰ ਬੁੱਝ ਗਈ ਉਹ ਖਤਮ ਹੋ ਗਈ ਜਿਹੜੇ ਵਿਛੋੜੇ ਦੀ ਤਪਤ ਸੀ ਉਹ ਸਹਜੇ ਫਿਰ ਸਹਜ ਅਵਸਥਾ ਵਿੱਚ ਟਿਕ ਕੇ ਅਡੋਲਤਾ ਵਿੱਚ ਫਿਰ ਉਹ ਜਿਹੜੀ ਤਪਤ ਸੀ ਵਿਛੋੜੇ ਦੀ ਉਹ 부ਝਾਈ ਰਾਮ ਫਿਰ ਕਿਰਪਾ ਕਰਕੇ ਉਹ 부ਝਾ ਦਿੱਤੀ ਉਹ ਤਪਤ ਬੁਝ ਗਈ ਸ਼ਬਦ ਤਪਤ 부ਝਾਈ ਅੰਤਰ ਸ਼ਾਂਤ ਆਈ ਸਹਿਜ ਹਰ ਰਸ ਚਾਖਿਆ ਤੇ ਜਦੋਂ ਸ਼ਬਦ ਦੇ ਦੁਆਰਾ ਜਿਹੜੀ ਤਪਤ ਸੀ ਵਿਛੋੜੇ ਦੀ ਉਹ ਬੁਝ ਗਈ ਅੰਤਰ ਸਾਥ ਆਈ ਅੰਤਰ ਆਤਮੇ ਸ਼ਾਂਤੀ ਵਰਤ ਗਈ ਅੰਦਰ ਜਿਹੜਾ ਹਿਰਦਾ ਸੀ ਉਹ ਠੰਡਾ ਠਾਰ ਹੋ ਗਿਆ ਜਦੋਂ ਬਹੁਤ ਅਤ ਦੀ ਗਰਮੀ ਪਵੇ ਉਹ ਗਰਮੀ ਫਿਰ ਸਾੜਦੀ ਹੈ ਲੂ ਜਿਹੜੀ ਹੈ ਉਹ ਸਾੜਦੀ ਹੈ ਤਪਤ ਮੈਸੀ ਮਹਿਸੂਸ ਕਰਦੇ ਆ ਬਰਸਾਤ ਪੈ ਜਾਵੇ ਠੰਡੀ ਪੌਣ ਚੱਲਣ ਲੱਗ ਪਵੇ ਤੇ ਉਹ ਤਪਤ ਜਿਹੜੀ ਹੈ ਫਿਰ ਖਤਮ ਹੋ ਜਾਂਦੀ ਹੈ ਬੁੱਝ ਜਾਂਦੀ ਹੈ ਜੀਵ ਫਿਰ ਸਕੂਨ ਮਹਿਸੂਸ ਕਰਦਾ ਹੈ ਠੰਡਕ ਮਹਿਸੂਸ ਮਹਿਸੂਸ ਕਰਦਾ ਜਿਹੜੀ ਅੱਗ ਸਾੜ ਰਹੀ ਸੀ ਜਿਹੜੇ ਧੁੱਪ ਦਾ ਸੇਖ ਸਹਿਣ ਨਹੀਂ ਸੀ ਹੁੰਦਾ ਉਹ ਵਾਹਿਗੁਰੂ ਪਰਮੇਸ਼ਰ ਨੇ ਜੋ ਤਪਤਮੈ ਠਾੜ ਵਰਤਾਈ ਉਹ ਠੰਡ ਵਰਤਾ ਦਿੱਤੀ ਤੇ ਫਿਰ ਹੁਣ ਜਿਹੜੇ ਸੀ ਉਹ ਤਪਸ਼ ਖਤਮ ਹੋ ਗਈ ਠੰਡਕ ਮਹਿਸੂਸ ਹੋਣ ਲੱਗੀ ਉਸੇ ਤਰ੍ਹਾਂ ਹਿਰਦੇ ਦੇ ਅੰਦਰ ਜਿਹੜੀ ਵਿਛੋੜੇ ਦੀ ਤਪਤ ਸਾੜ ਰਹੀ ਸੀ ਅੰਦਰੋਂ ਜਦੋਂ ਸਿਫਤ ਸਲਾਹ ਵਾਲਾ ਗੀਤ ਅੰਦਰ ਜਿਹੜਾ ਸੀ ਚੱਲਣ ਲੱਗਾ ਸਿਫਤ ਸਲਾਹ ਵਾਲਾ ਸ਼ਬਦ ਜਿਹੜਾ ਸੀ ਉਹਦੇ ਵਿੱਚ ਸੁਰਤ ਲੀਨ ਹੋ ਗਈ ਉਹਦਾ ਮਿਲਾਪ ਹੋ ਗਿਆ ਤੇ ਤਪ ਤੇ ਜਿਹੜੀ ਸੋਭਜ ਗਈ ਅੰਦਰ ਸ਼ਾਂਤੀ ਵਰਤ ਗਈ ਅੰਦਰ ਠੰਡਕ ਵਰਤ ਗਈ ਠੰਡ ਵਰਤ ਗਈ ਅੰਦਰ ਜਿਹੜਾ ਹਿਰਦਾ ਸੜ ਰਿਹਾ ਸੀ ਉਹ ਠੰਡਾ ਠਾਰ ਹੋ ਗਿਆ ਸਹਿਜ ਹਰ ਰਸ ਚਾਖਿਆ ਫਿਰ ਉਹ ਸਹਿਜ ਅਵਸਥਾ ਵਿੱਚ ਟਿਕ ਕੇ ਅਡੋਲਤਾ ਵਿੱਚ ਉਸ ਹਰੀ ਵਾਹਿਗੁਰੂ ਪਰਮੇਸ਼ਰ ਦੇ ਰਸ ਨੂੰ ਚਖਦੀਆਂ ਹਨ ਜੀਵ ਇਸਤਰੀਆਂ ਮਿਲ ਪ੍ਰੀਤਮ ਆਪਣੇ ਸਦਾ ਰੰਗ ਮੰਣੇ ਸਚ ਸਬਦ ਸੁਪਾਖਿਆ ਤੇ ਮਿਲ ਪ੍ਰੀਤਮ ਆਪਣੇ ਆਪਣੇ ਪ੍ਰੀਤਮ ਦੇ ਨਾਲ ਮਿਲ ਕੇ ਸਦਾ ਰੰਗਮਾਨੇ ਸਦਾ ਹੀ ਫਿਰ ਆਨੰਦ ਨੂੰ ਮਾਨਦੀਆਂ ਨੇ ਸਦਾ ਹੀ ਸੁਖ ਨੂੰ ਮਾਨਦੀਆਂ ਨੇ ਜਿਵੇਂ ਇਸਤਰੀ ਦੇ ਕੋਲ ਉਹਦਾ ਪਤੀ ਕੋਲ ਹੋਵੇ ਤੇ ਪਤੀ ਦੇ ਕੋਲ ਰਹਿੰਦੇ ਆ ਸੁਖ ਮਾਨਦੀ ਹੈ ਸੁਖ ਮਹਿਸੂਸ ਕਰਦੀ ਹੈ ਆਨੰਦ ਖੁਸ਼ੀ ਮਹਿਸੂਸ ਕਰਦੀ ਹੈ ਇਸੇ ਤਰ੍ਹਾਂ ਜਿਹੜੇ ਜੀਵ ਇਸਤਰੀਆਂ ਨੂੰ ਪ੍ਰਭੂ ਮਿਲਿਆ ਰਹਿਮਤ ਹੋਈ ਮਿਲ ਪ੍ਰੀਤਮ ਆਪਣੇ ਪ੍ਰੀਤਮ ਨਾਲ ਮਿਲਾਪ ਹੋ ਗਿਆ ਸਦਾ ਰੰਗ ਮਾਣੇ ਸਦਾ ਹੀ ਫਿਰੋ ਖੁਸ਼ੀਆਂ ਨੂੰ ਮਾਣਦੀਆਂ ਨੇ ਆਨੰਦ ਨੂੰ ਮਾਣਦੀਆਂ ਹਨ ਸੱਚਾ ਸ਼ਬਦ ਸੁਪਖਿਆ ਸੁਪਖਿਆ ਤੋਂ ਭਾਵ ਮਿੱਠੀ ਬੋਲੀ ਫਿਰ ਸਿਫਤ ਸਲਾਹ ਵਾਲੇ ਸ਼ਬਦ ਦੇ ਵਿੱਚ ਜੁੜ ਕਰਕੇ ਉਨਾਂ ਦੀ ਜਿਹੜੀ ਬੋਲੀ ਸੀ ਉਹ ਮਿੱਠੀ ਹੋ ਗਈ ਜੋ ਵੀ মুখ ਤੋਂ ਬਚਨ ਬੋਲਦਿਆਂ ਨੇ ਉਹ ਫਿਰ ਮਿੱਠੇ ਬਚਨ ਬੋਲਦਿਆਂ ਨੇ ਉਹਨਾਂ ਦੇ ਮੂੰਹ ਚੋਂ ਫਿਰ ਕੌੜਾ ਸ਼ਬਦ ਨਹੀਂ ਨਿਕਲਦਾ ਮਾੜੇ ਸ਼ਬਦ ਨਹੀਂ ਨਿਕਲਦੇ ਉਹਨਾਂ ਦੀ ਬੋਲੀ ਮਿੱਠੀ ਹੋ ਜਾਂਦੀ ਹੈ ਵੇਖੇ ਨਾ ਨਾਮ ਜਪਣ ਵਾਲੇ ਜਿਹੜੇ ਨੇ ਉਹਨਾਂ ਦੀ ਜਿਹੜੇ ਰੰਗੇ ਹੋਏ ਨੇ ਨਾਮ ਵਿੱਚ ਉਹਨਾਂ ਦੀ ਰਸਨਾ ਤੋਂ ਜਿਹੜੇ ਸ਼ਬਦ ਨਿਕਲਦੇ ਨੇ ਬੜੇ ਮਿੱਠੇ ਮਨ ਨੂੰ ਮੋਹ ਲੈਣ ਵਾਲੇ ਖਿਰਦੇ ਨੂੰ ਆਨੰਦ ਦੇਣ ਵਾਲੇ ਸ਼ਬਦ ਵਰ ਜਿਹੜੇ ਇਹਨਾਂ ਦੇ মুখ ਚੋਂ ਨਿਕਲਦੇ ਨੇ ਇਸ ਤਰ੍ਹਾਂ ਦੇ ਨਾਲ ਸਿਫਤ ਸੱਚੇ ਵਾਹਿਗੁਰੂ ਪਰਮੇਸ਼ਰ ਦੀ ਜਿਹੜੇ ਹਰ ਵੇਲੇ ਸਿਫਤ ਕਰਦੇ ਨੇ ਐਸੇ ਕਰਕੇ ਬਾਰੰਗ ਵਾਰ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਇਸ ਰਸਨਾ ਦੁਆਰਾ ਜਪਨਾ ਚਾਹੀਦਾ ਤਾਂ ਕਿ ਸਾਡੀ ਰਸਨਾ ਮਿੱਠੀ ਹੋ ਜਾਏ ਸਾਡੀ ਰਸਨਾ ਚੋਂ ਜਿਹੜੇ ਸ਼ਬਦ ਨਿਕਲਣ ਉਹ ਬੜੇ ਆਨੰਦ ਦੇ ਨਿਕਲਣ ਕਿਸੇ ਨੂੰ ਦੁੱਖ ਦੇਣ ਵਾਲੇ ਪੀੜਾ ਵਾਲੇ ਸ਼ਬਦ ਨਾ ਨਿਕਲਣ ਹਰ ਵੇਲੇ ਰਸਨਾ ਸਾਡੀ ਜਪਦੀ ਰਹਵਾ ਹੈ ਗੁਰਵਾਹਿ ਗੁਰ ਵਾਹਿਗੁਰੂ 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 ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਫਿਰ ਇਸ ਤਰ੍ਹਾਂ ਦੇ ਨਾਲ ਸਦਾ ਹੀ ਉਹਦੀ ਸਿਵਤ ਸਲਾਹ ਦੇ ਵਿੱਚ ਰਸਨਾ ਜਿਹੜੀ ਹੈ ਉਹ ਜੁੜੀ ਰਹਿੰਦੀ ਹੈ ਤੇ ਉਹਨਾਂ ਦੇ ਮੁਖ ਦੇ ਵਿੱਚੋਂ ਫਿਰ ਜਿਹੜੇ ਮਿੱਠੇ ਬੋਲ ਨਿਕਲਦੇ ਨੇ ਉਹਨਾਂ ਦੀ ਮਿੱਠੀ ਬੋਲੀ ਹੋ ਜਾਂਦੀ ਹੈ ਪੜ ਪੜ ਪੰਡਤ ਮੋਨੀ ਥਕੇ ਭੇਖੀ ਮੁਕਤ ਨਾ ਪਾਈ ਬੜੇ ਬੜੇ ਪੰਡਤ ਜਨ ਵੇਦ ਸ਼ਾਸਤਰਾਂ ਨੂੰ ਪੜਨ ਵਾਲੇ ਬੜੇ ਬੜੇ ਵਿਦਵਾਨ ਮੋਨੀ ਜਿਹੜੇ ਬੋਲਦੇ ਨਹੀਂ ਬੋਲਣਾ ਨਹੀਂ ਹੋਏ ਬੈਠਾ ਮੋਨੀ ਅੰਤਰ ਕਲਪ ਪੁਵਾਈਐ ਜੋਨੀ ਹਿਰਦਾ ਭਵੇਂ ਅੰਦਰੋਂ ਕਲਪਦਾ ਰਹੇ ਪਰਮੁਖ ਤੋਂ ਨਹੀਂ ਬੋਲਦੇ ਕੌਣ ਨੇ ਜੀ ਇਹ ਮੋਨੀ ਨੇ ਬੋਲਦੇ ਨਹੀਂ ਮੋਨ ਧਾਰੀ ਥਾਕੇ ਕਹਿੰਦੇ ਸਾਰੇ ਥੱਕ ਗਏ ਭੇਖੀ ਮੁਕਤ ਨਾ ਪਾਈ ਮੁਕਤੀ ਨੂੰ ਪਾਉਣ ਵਾਸਤੇ ਪ੍ਰਾਪਤ ਕਰਨ ਵਾਸਤੇ ਬੜੇ ਯਤਨ ਕੀਤੇ ਭੇਖ ਧਾਰਨ ਵਾਲੇ ਯੋਗੀ ਜੰਗਮ ਸਰੇਵੜੇ ਵੱਖ-ਵੱਖ ਭੇਸ ਧਾਰਨ ਕਰਨ ਵਾਲੇ ਸਰੀਰਾਂ ਤੇ ਇਹਨਾਂ ਸਾਰਿਆਂ ਨੇ ਜਿਹੜਾ ਬੜਾ ਯਤਨ ਕੀਤਾ ਪਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹਨਾਂ ਨੂੰ ਵੀ ਮੁਕਤੀ ਪ੍ਰਾਪਤ ਨਹੀਂ ਹੋਈ ਵਾਹਿਗੁਰੂ ਪਰਮੇਸ਼ਰ ਦੀ ਸੱਚੀ ਸਿਫਤ ਸਲਾਹ ਤੋਂ ਬਿਨਾਂ ਉਹਦੀ ਪ੍ਰਾਪਤੀ ਤੋਂ ਬਿਨਾਂ ਏ ਵੀ ਮੁਕਤੀ ਪ੍ਰਾਪਤ ਨਾ ਕਰ ਸਕੇ ਨਾਨਕ ਬਿਨ ਭਗਤੀ ਜਗ ਬਹਰਾਨ ਸਚ ਸਬਦ ਮਿਲਾਈ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਤੋਂ ਬਿਨਾ ਜਗਤ ਕਮਲਾ ਹੋਇਆ ਫਿਰਦਾ ਬਿਨ ਨਾ ਆਵੇ ਜਗ ਕਮਲਾ ਫਿਰੈ ਗੁਰਮੁਖ ਨਦਰਿ ਆਇਆ ਨਾਮ ਤੋਂ ਬਿਨਾ ਸੰਸਾਰ ਕਮਲਾ ਹੋਇਆ ਫਿਰਦਾ ਆਪਾ ਤਾਂ ਕਮਲਾ ਉਹਨੂੰ ਕਹਿੰਦੇ ਆ ਨਾ ਜੇਦੀ ਬੁੱਧੀ ਕਾਮਨਾ ਕਰੇ ਦਿਮਾਗੀ ਤਲ ਤੇ ਜਿਹੜਾ ਸੰਤ ਜਿਹੜਾ ਸੰਤੁਲਨ ਵਿਗੜ ਜਾਵੇ ਉਹਨੂੰ ਕਹਿੰਦੇ ਆ ਪਾਗਲ ਹੋ ਗਿਆ ਸ਼ੁਦਾਈ ਹੈ ਬੌਰਾ ਹੈ ਪਾਤਸ਼ਾਹ ਕਦੇ ਸਾਰਾ జగਤੀ ਸ਼ੁਦਾਈ ਹੋਇਆ ਫਿਰਦਾ ਕਮਲਾ ਹੋਇਆ ਫਿਰਦਾ ਬੌਰਾ ਹੋਇਆ ਫਿਰਦਾ ਉਹ ਵਾਹਿਗੁਰੂ ਪਰਮੇਸ਼ਰ ਦੀ ਜਿਨ੍ਹਾਂ ਕੋਲ ਭਗਤੀ ਨਹੀਂ ਚੋਕੇ ਮਨੁੱਖਾ ਜੀਵਨ ਵਾਇਗੁਰ ਪਰਮੇਸ਼ਰ ਦੀ ਭਗਤੀ ਕਰਨ ਵਾਸਤੇ ਮਿਲਿਆ ਸਹਿਬ ਜੀ ਕਹਿੰਦੇ ਨਾ ਹਰ ਰੋਜ਼ ਸਾਨੂੰ ਸਮਝਾਉਂਦੇ ਨੇ ਮਿਲ ਸਾਧ ਸੰਗਤ ਭਜ ਕੇਵਲ ਨਾਮ ਤੈਨੂੰ ਇਹ ਕਰਨ ਵਾਸਤੇ ਮਨੁੱਖ ਰੂਪ ਜਿਹੜੀ ਦਿਹੋਰੀ ਹੈ ਪ੍ਰਾਪਤ ਹੋਈ ਹੈ ਭਈ ਪ੍ਰਾਪਤ ਮਨੁੱਖ ਦੇਹੁਰਿਆ ਜਿਸ ਡਿਉੜੀ ਰਾਹੀ ਅੰਦਰ ਲੰਘ ਕੇ ਨਿਰਤੇ ਅੰਤਰਮੁਖੀ ਕਰਕੇ ਤੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਸੀ ਉਹਨੂੰ ਪ੍ਰਾਪਤ ਕਰਨਾ ਸੀ ਉਹ ਨਹੀਂ ਕਰਦਾ ਭਗਤੀ ਨਹੀਂ ਭਗਤੀ ਦੇ ਮਾਰਗ ਤੇ ਨਹੀਂ ਤੁਰਿਆ ਪਾਤਸ਼ਾਹ ਕਹਿੰਦੇ ਸਾਰਾ ਜਗ ਬੋਰਾਇਆ ਫਿਰਦਾ ਸਾਰਾ ਜਗਤੀ ਸ਼ੁਦਾਈ ਹੈ ਸਚਾ ਸ਼ਬਦ ਮਿਲਾਏ ਤੇ ਜਿੰਨਾ ਤੇ ਗੁਰੂ ਰਹਿਮਤ ਕਰਦਾ ਹੈ ਉਹ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਵਾਲੇ ਸੱਚੇ ਸ਼ਬਦ ਦੁਆਰਾ ਜਿਨ੍ਹਾਂ ਨੂੰ ਉਹਦੇ ਨਾਲ ਮੇਲਦਾ ਹੈ ਜਿਨ੍ਹਾਂ ਨੂੰ ਭਗਤੀ ਦਾ ਦਾਣ ਦਿੰਦਾ ਹੈ ਉਹ ਵਿਰਲੇ ਨੇ ਜਿਹੜੇ ਉਸ ਉਪਦੇਸ਼ ਦੀ ਕਮਾਈ ਕਰਦੇ ਨੇ ਭਗਤੀ ਰੂਪ ਮਾਰਗ ਤੇ ਤੁਰਦੇ ਨੇ ਭਗਤੀ ਕਰਦੇ ਨੇ ਉਹ ਵਿਰਲੇ ਨੇ ਭਗਤੀ ਤੋਂ ਬਿਨਾ ਵਾਹਿਗੁਰੂ ਪਰਮੇਸ਼ਰ ਨੂੰ ਜਿਹੜਾ ਸੰਸਾਰ ਭੁੱਲਿਆ ਫਿਰਦਾ ਜਿਨ੍ਹਾਂ ਕੋਲ ਨਾਮ ਨਹੀਂ ਭਗਤੀ ਨਹੀਂ ਸਿਮਰਨ ਨਹੀਂ ਉਹ ਸਾਰੇ ਛੁਦਾਈ ਬੌਰੇ ਕਮਲੇ ਹੋਏ ਫਿਰਦੇ ਨੇ ਤੇ ਇਕਨਾ ਤੇ ਵਿਰਲਿਆ ਤੇ ਜਿਨ੍ਹਾਂ ਤੇ ਰਹਿਮਤ ਕਰਦਾ ਉਹਨਾਂ ਨੂੰ ਗੁਰ ਸ਼ਬਦ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਵਤ ਸਲਾਹ ਦੇ ਸ਼ਬਦ ਦੁਆਰਾ ਮੇਲ ਦਿੰਦਾ ਹੈ ਸਾਤਨ ਮਨ ਅਨੰਦ ਭਿਆ ਹਰ ਜਿਓ ਮੇਲ ਪਿਆਰੇ RAM ਤੇ ਜਿਨ੍ਹਾਂ ਤੇ ਰਹਿਮਤ ਕੀਤੀ ਉਹ ਸਿਵਤ ਸਲਾਹ ਵਿੱਚ ਜੋੜ ਦਿੱਤੇ ਜਿਨ੍ਹਾਂ ਦੀ ਸੁਰਤ ਸਿਵਤ ਸਲਾਹ ਵਿੱਚ ਜੋੜ ਦਿੱਤੀ ਹਰ ਵੇਲੇ ਸੁਰਤ ਜੁੜੀ ਰਹਿੰਦੀ ਹੈ ਉਹਨਾਂ ਨੂੰ ਫਿਰ ਕਿਰਪਾ ਕਰਕੇ ਜਦੋਂ ਮਿਲਾ ਦਿੰਦਾ ਉਹ ਮਿਲੇ ਲੈਂਦੇ ਨੇ ਤੇ ਫਿਰ ਮਿਲਿਆ ਹੋਇਆਂ ਦੇ ਜੀਵਨ ਅੰਦਰ ਕੀ ਹੁੰਦਾ ਸਾ ਤਨ ਮਨ ਆਨੰਦ ਭਿਆ ਜਿਹੜੇ ਆਨੰਦ ਲਈ ਸੰਸਾਰ ਧੌੜਿਆ ਫਿਰਦਾ ਨਾ ਦੁਨਿਆਵੀ ਪਦਾਰਥਾਂ 'ਚੋਂ ਆਨੰਦ ਭਾਲਦਾ ਹੈ ਮਾਇਆ 'ਚੋਂ ਆਨੰਦ ਭਾਲਦਾ ਹੈ ਉੱਥੋਂ ਨਹੀਂ ਮਿਲਣਾ ਪਾਤਸ਼ਾਹ ਕਹਿੰਦੇ ਜਿਹੜੇ ਉਹਦੇ ਨਾਲ ਮਿਲ ਜਾਂਦੇ ਨੇ ਜਿਨ੍ਹਾਂ ਦੀ ਸੁਰਤ ਹਰ ਵੇਲੇ ਮੇਰੀ ਰਹਿੰਦੀ ਹੈ ਵਾਹਿਗੁਰੂ ਪਰਮੇਸ਼ਰ ਨਾਲ ਇਕਮਿਕ ਹੋ ਜਾਂਦੇ ਨੇ ਉਹ ਜੜੀਆਂ ਜੀਵ ਰੂਪ ਇਸਤਰੀਆਂ ਨੇ ਉਹਨਾਂ ਦੇ ਅੰਦਰ ਫਿਰ ਸਦਾ ਆਨੰਦ ਬਣਿਆ ਰਹਿੰਦਾ ਹੈ ਸਦੀਵੀ ਆਨੰਦ ਆਤਮਿਕ ਆਨੰਦ ਜਿਹੜਾ ਕਦੇ ਵੀ ਖਤਮ ਨਹੀਂ ਹੁੰਦਾ ਉਹ ਪ੍ਰਾਪਤ ਕਰ ਲੈਂਦੀਆਂ ਨੇ ਉਹਨਾਂ ਦੇ ਉੱਤੇ ਕਿਰਪਾ ਕਰਕੇ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਗੁਰੂ ਕਿਰਪਾ ਕਰਕੇ ਮਿਲਾ ਦਿੰਦਾ ਹੈ ਸਾਤਨ ਹਰ ਕੈ ਰਸ ਰਸੀ ਗੁਰ ਕੈ ਸ਼ਬਦ ਅਪਾਰੇ ਰਾਮ ਉਹ ਜੀਵ ਇਸਤਰੀ ਹਰ ਕੈ ਰਸ ਰਸੀ ਹਰੀ ਵਾਏ ਗੁਰ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਰਸ ਮਾਣਦੀ ਹੋਈ ਰਸੀ ਰਹਿੰਦੀ ਹੈ ਉਹਦੇ ਵਿੱਚ ਹਰ ਵੇਲੇ ਮਸਤ ਹੋਈ ਰਹਿੰਦੀ ਹੈ ਰਸ ਦੇ ਸਹਿਤ ਰਹਿੰਦੀ ਹੈ ਉਹ ਸੁਰਤ ਕਦੀ ਵੀ ਵਾਏ ਗੁਰ ਪਰਮੇਸ਼ਰ ਦੇ ਨਾਮ ਨਾਲੋਂ ਟੁੱਟਦੀ ਨਹੀਂ ਉਹ ਰਸ ਸਦਾ ਹੀ ਬਣਿਆ ਰਹਿੰਦਾ ਹੈ ਰਸ ਦੇ ਸਹਿਤ ਹੋਈ ਰਹਿੰਦੀ ਹੈ ਗੁਰ ਕੈ ਸ਼ਬਦ ਅਪਾਰੇ ਰਾਮ ਗੁਰੂ ਦੇ ਸ਼ਬਦ ਦੇ ਦੁਆਰਾ ਉਹ ਜਿਹੜਾ ਅਪਾਰ ਪਾਰਾਵਾਰ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਹੈ ਫਿਰ ਸਦਾ ਉਹਦੇ ਨਾਲ ਮਿਲੇ ਰਹਿਣ ਦੀ ਰਸ ਨੂੰ ਮਾਣਦੀ ਆਨੰਦ ਨੂੰ ਮਾਣਦੀ ਹੈ ਸ਼ਬਦ ਅਪਾਰੇ ਮਿਲੇ ਪਿਆਰੇ ਸਦਾ ਗੁਣਸਾਰੇ ਮਨ ਵਸ ਤੇ ਸ਼ਬਦ ਅਪਾਰੇ ਸਿਵਤ ਸਲਾਹ ਵਾਲਾ ਸ਼ਬਦ ਜਿਹੜਾ ਉਹਦੇ ਦੁਆਰਾ ਅਪਾਰ ਪਾਰਾਵਾਰ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲੇ ਹੋਏ ਮਿਲੇ ਪਿਆਰੇ ਉਹ ਪਿਆਰਾ ਜਿਹੜਾ ਪ੍ਰਾਣਾ ਤੋਂ ਪਿਆਰਾ ਪ੍ਰੀਤਮ ਹੈ ਜਿਹੜਾ ਪਤੀ ਹੈ ਵਾਹਿਗੁਰੂ ਪਰਮੇਸ਼ਰ ਹੈ ਸਦਾ ਗੁਣ ਸਾਰੇ ਫਿਰ ਸਦਾ ਹੀ ਉਹਦੇ ਗੁਣਾ ਦੀ ਸੰਭਾਲ ਕਰਦੀ ਹੈ ਉਹ ਜੀਵ ਇਸਤਰੀ ਆਪਣੇ ਹਿਰਦੇ ਘਰ ਦੇ ਵਿੱਚ ਸਦਾ ਹੀ ਫਿਰ ਉਹਦੇ ਗੁਣਾ ਨੂੰ ਸੰਭਾਲਦੀ ਹੈ ਮਨ ਵਸੇ ਉਹ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਗੁਣ ਨੇ ਫਿਰ ਜਦੋਂ ਉਹਨਾਂ ਦੀ ਸੰਭਾਲ ਕਰਦੀ ਹੈ ਉਹ ਮਨ ਵਿੱਚ ਵਸ ਜਾਂਦੇ ਹਨ ਸੇਜ ਸੁਹਾਵੀ ਜਾ ਪਿਰ ਰਾਵੀ ਮਿਲ ਪ੍ਰੀਤਮ ਅਵਗਣ ਨਸੇ ਤੇ ਸੇਜ ਸੁਹਾਵੀ ਜਦੋਂ ਹਿਰਦਾ ਰਸ ਦੇ ਸਹਿਤ ਹੋ ਗਿਆ ਅੰਤਸ਼ਕਰਣ ਰੂਪੀ ਸੇਜਾ ਸਵਰਗ ਹੀ ਵਾਹ ਗੁਰੂ ਪਰਮੇਸ਼ਰ ਦਾ ਨਾਮ ਸਿਮਰ ਕੇ ਸਿਫਤ ਕਰਕੇ ਗੁਰੂ ਨੇ ਸ਼ਬਦ ਦੁਆਰਾ ਉਸ ਸੇਜਾ ਸਵਾਰ ਦਿੱਤੀ ਸੇਜ ਸੁਹਾਵੀ ਉਹ ਸ਼ੋਭਨੀਕ ਹੋ ਗਈ ਸੋਹਣੀ ਹੋ ਗਈ ਜਿਸ ਸੇਜਾ ਤੇ ਆ ਕੇ ਪ੍ਰਭੂ ਪਤੀ ਨੇ ਸਤਿਗੁਰ ਪਾਤਸ਼ਾਹ ਜੀ ਨੇ ਨਿਵਾਸ ਕਰ ਪਾਤਸ਼ਾਹ ਕਹਿੰਦੇ ਨਿਵਾਸ ਕਰਨਾ ਹੈ ਉਹ ਵਾਹਿਗੁਰੂ ਪਰਮੇਸ਼ਰ ਨੇ ਉਸੇਜਾ ਜਿਹੜੀ ਸੀ ਸਵਰ ਗਈ ਸੇਜ ਸੁਹਾਵੀ ਜਾਪਿਰ ਰਾਵੀ ਜਦੋਂ ਆਪਣੇ ਪਿਰ ਨੂੰ ਰਾਵਣਾ ਕੀਤਾ ਭਾਵ ਜਪਣਾ ਕੀਤਾ ਉਹ ਆਪਣੇ ਮਾਲਕ ਨੂੰ ਜਦੋਂ ਜਪਿਆ ਉਹਦੀ ਸਿਵਤ ਸਲਾਹ ਕੀਤੀ ਉਸੇਜਾ ਜਿਹੜੀ ਸੀ ਹਿਰਦੇ ਰੂਪੀ ਘਰ ਰੂਪੀ ਸੇਜਾ ਸਵਰ ਗਈ ਫਿਰ ਕੀ ਹੋਇਆ ਮਿਲ ਪ੍ਰੀਤਮ ਉਹ ਜਿਹੜਾ ਪ੍ਰੀਤਮ ਸੀ ਫਿਰ ਉਸ ਸੇਜਾ ਤੇ ਆ ਗਿਆ ਜਦੋਂ ਸੇਜਾ ਸਵਰ ਗਈ ਨਾ ਫਿਰੋ ਪ੍ਰੀਤਮਿਤ ਮਾਲਕ ਵਾਹਿਗੁਰੂ ਪਰਮੇਸ਼ਰ ਸੇਜਾ ਤੇ ਆ ਕੇ ਨਵਾਸ ਕੀਤਾ ਤੇ ਅਵਗਨ ਨਸ ਨਸਵੰਜੋ ਕਿਲੇ ਵਖੋ ਕਰਤਾ ਘਰ ਆਇਆ ਰਾਮ ਫਿਰ ਜਿਹੜੇ ਅਵਗਨ ਸੰਨ ਜਿਨ੍ਹਾਂ ਨਾਲ ਹਿਰਦਾ ਭਰਿਆ ਪਿਆ ਸਾਰੇ ਨਸ ਗਏ ਧੌੜ ਗਏ ਫਿਰ ਉਹ ਸਾਰੇ ਚਲੇ ਗਏ ਉਹ ਨਸ ਗਏ ਜਿਤ ਘਰ ਨਾਮ ਹਰ ਸਦਾ ਧਿਆਈਐ ਸੋਹੇ ਲੜਾ ਜੁਗ ਚਾਰੇ ਨਿਜਿਤ ਘਰ ਨਾਮ ਹਰ ਸਦਾ ਧਿਆਈਐ ਜਿਸ ਹਿਰਦੇ ਰੂਪੇ ਘਰ ਦੇ ਵਿੱਚ ਉਸ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜੇ ਸਦਾ ਹੀ ਧਿਆਉਂਦੇ ਨੇ ਸਦਾ ਬਾਰੰਬਾਰ ਸ્વાસ-ਸ્વાસ ਕਰਕੇ ਸਿਮਰਦੇ ਨੇ ਸਦਾ ਧਿਆਉਂਦੇ ਹਨ ਪਾਤਸ਼ਾਹ ਕਹਿੰਦੇ ਸੋਹੇ ਲੜਾ ਜੁਗ ਚਾਰੇ ਉਨ੍ਹਾਂ ਦਾ ਜਸ ਵੀ ਫਿਰ ਸਾਰੇ ਸੰਸਾਰ ਵਿੱਚ ਹੁੰਦਾ ਹੈ ਪਾਤਸ਼ਾਹ ਕਹਿੰਦੇ ਚਾਰੇ ਯੁੱਗਾਂ ਵਿੱਚ ਉਹਨਾਂ ਦੀ ਸ਼ੋਭਾ ਬਣੀ ਰਹਿੰਦੀ ਹੈ ਚਾਰੇ ਯੁੱਗਾਂ ਦੇ ਵਿੱਚ ਉਹਨਾਂ ਦੀ ਉਸਤਤ ਬਣੀ ਰਹਿੰਦੀ ਹੈ ਇੱਕ ਯੁੱਗ ਵਿੱਚ ਨਹੀਂ ਕੋਈ ਕੁਝ ਸਮੇਂ ਲਈ ਨਹੀਂ ਪਾਤਸ਼ਾਹ ਕਹਿੰਦੇ ਚਾਰੇ ਯੁੱਗਾਂ ਵਿੱਚ ਚਾਰੇ ਯੁੱਗਾਂ ਦੇ ਵਿੱਚ ਉਹਨਾਂ ਦੀ ਸ਼ੋਭਾ ਜਿਹੜੀ ਆ ਹੁੰਦੀ ਹੈ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਰੂਪੇ ਘਰ ਦੇ ਵਿੱਚ ਧਿਆਉਣਾ ਕਰਦੇ ਹਨ ਨਾਨਕ ਨਾਮ ਰਤੇ ਸਦਾ ਆਨੰਦ ਹੈ ਹਰ ਮਿਲ ਆਕਾਰ ਜਸਾਰੇ ਪਾਤਸ਼ਾਹ ਖੇਰਲੀ ਪੰਕਤੀ ਦੇ ਅੰਦਰ ਤੀਸਰੇ ਗੁਰੂ ਨਾਨਕ ਪਾਤਸ਼ਾਹ ਧੰਗੁਰ ਅਮਰਦਾਸ ਜੀ ਬਖਸ਼ਿਸ਼ ਕਰਦੇ ਨੇ ਨਾਨਕ ਨਾਮ ਰਤੇ ਸਦਾ ਆਨੰਦ ਹੈ ਜਿਹੜੇ ਨਾਮ ਵਿੱਚ ਰਤੇ ਹੋਏ ਨੇ ਜਿਨ੍ਹਾਂ ਦੀ ਸੁਰਤ ਹਰ ਵੇਲੇ ਨਾਮ ਵਿੱਚ ਜੁੜੀ ਰਹਿੰਦੀ ਹੈ ਰੰਗੇ ਰਹਿੰਦੇ ਨੇ ਉਹਨਾਂ ਦੇ ਜੀਵਨ ਅੰਦਰ ਫਿਰ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ ਹਰ ਮਿਲਿਆ ਕਾਰਜ ਸਾਰੇ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਜਿਹੜੇ ਮਿਲ ਜਾਂਦੇ ਨੇ ਉਹਨਾਂ ਦੇ ਸਾਰੇ ਕਾਰਜ ਸਵਰ ਜਾਂਦੇ ਨੇ ਸਾਰੇ ਕਾਰਜ ਜਿੰਨੇ ਵੀ ਜੀਵਨ ਦੇ ਕਾਰਜ ਨੇ ਉਹ ਫਿਰ ਹਰੀ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਕੇ ਸਵਾਰ ਦਿੰਦਾ ਹੈ ਵੱਡਾ ਕਾਰਜ ਜਿਹੜਾ ਸੰਸਾਰ ਤੇ ਅਸੀਂ ਆਏ ਆ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਫਿਰ ਉਹ ਕਾਰਜ ਵੀ ਸਵਰ ਜਾਂਦਾ ਹੈ ਜੀਵ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ ਜੀਵਨ ਦੇ ਵਿੱਚ ਵਿਚਰਦਿਆਂ ਜਿਹੜੇ ਕਾਰਜ ਨੇ ਉਹ ਗੁਰੂ ਸਾਹਿਬ ਕਿਰਪਾ ਕਰਕੇ ਫਿਰ ਆਪ ਸਵਾਰ ਦਿੰਦੇ ਨੇ ਸੋ ਅੱਜ ਦੇ ਜੋ ਸ਼ਬਦ ਸਾਨੂੰ ਮੁੱਖ ਬਾਗ ਦੇ ਰੂਪ ਵਿੱਚ ਪ੍ਰਾਪਤ ਹੋਏ ਧੰਨ ਗੁਰੂ ਅਮਰਦਾਸ ਪਾਤਸ਼ਾਹ ਜਿਨੇ ਸਮਝਾਉਣਾ ਕੀਤਾ ਹੈ जिज्ञासु रूप जीव स्त्री दी उदाहरण देके ਤੇ ਜਿਹੜੀ ਮਨਮੁਖ ਜੀਵ ਇਸਤਰੀ ਪਰਮੇਸ਼ਰ ਨਾਲੋਂ ਵਿਛੜੀ ਹੈ ਉਹਦੀ ਹਾਲਤ ਬਿਆਨ ਕਰਕੇ ਸਾਨੂੰ ਸਮਝਾਉਣਾ ਕੀਤਾ ਕਿ ਇਹ ਜੀਵ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਕੇ ਕਮਾਈ ਕਰ ਬਾਰੰਬਾਰ ਉਸ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਨਾਮ ਜਪ ਕੇ ਜਿਹਦੇ ਨਾਲ ਜਿਹੜੇ ਹੈ ਉਸ ਪਰਮੇਸ਼ਰ ਦੀ ਮਲਾਪ ਮਲਾਪ ਹੋਣਾ ਹੈ ਜਿਹੜਾ ਹੈ ਜੀਵਨ ਸਫਲਾ ਹੋਣਾ ਉਹਦੇ ਮਲਾਪ ਦੁਆਰਾ ਉਹਦੇ ਨਾਮ ਨੂੰ ਬਾਰੰਬਾਰ ਜਪਨਾ ਕਰ ਹਰ ਵੇਲੇ ਇਹ ਮੰਗ ਕਰੀਏ ਵਿਸਰਣਾ ਹੀ ਦਾਤਾ ਰ ਆਪਣਾ ਨਾਮ ਦੇਹੋ ਵਿਸਰਣਾ ਹੀ ਦਾਤਾ ਰ ਆਪਣਾ ਨਾਮ ਦੇਹੋ